ਕੱਲ ਨੂੰ 7 ਦਸੰਬਰ ਐ ਤੇ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਹੋਰ ਅਹਿਮ ਮੀਟਿੰਗ ਕੱਲ ਨੂੰ ਹੋਵੇਗੀ ਤੇ ਕੱਲ ਨੂੰ ਹੀ ਸਰਕਾਰ ਨੂੰ ਦਿੱਤੀ ਜਿਹੜੀ ਮੌਲਤ ਹੈ ਉਹ ਖਤਮ ਹੋ ਜਾਣੀ ਐ ਤਿੰਨ ਦਿਨਾਂ ਦੀ ਮੌਲਤ ਦਿੱਤੀ ਸੀ ਬਾਕੀ ਮੰਗਾਂ ਮੰਨਣ ਦੇ ਲਈ ਪੁਲਿਸ ਦੀ ਟੀਮ 7 ਦੇ ਡੇਰੇ ਪੁੱਛਗਿੱਛ ਕਰਨ ਪਹੁੰਚੀ ਐ ਡੇਰਾ ਸਰਸਾ ਦੇ ਵਿੱਚ ਉਸ ਦੀਆਂ ਖਾਸ ਝੇਲੀਆਂ ਤੋਂ ਕਿਸਾਨਾਂ ਨੇ ਸਟੇਜ ਤੋਂ ਹਿਸਾਬ ਕਿਤਾਬ ਦਿੱਤਾ ਹੈ ਜਿਹੜਾ 1 ਸਾਲ ਦੇ ਵਿੱਚ ਫੰਡ ਇਕੱਠਾ ਹੋਇਆ ਹੈ ਕਾਂਗਰਸ ਹਾਈ ਕੁਮਾਰ ਨੇ ਪ੍ਰਤਾਪ ਬਾਜਬਾਤ ਤੇ ਸੁਨੀਲ ਜਾਖੜ ਨੂੰ ਚੋਗਾ ਪਾ ਦਿੱਤਾ ਹੈ ਹੁਣ ਉਹਨਾਂ ਨੇ ਚੋਗਣਾ ਜਾਂ ਨਹੀਂ ਇਹ ਤਾਂ ਉਹਨਾਂ ਤੇ ਡਿਪੈਂਡ ਕਰਦਾ ਹੈ ਕਿਉਂਕਿ ਖਬਰਾਂ ਚੱਲ ਰਹੀਆਂ ਸੀ ਕਿ ਬੀਜੇਪੀ ਚ ਜਾ ਸਕਦੇ ਨੇ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਲੀਡਰ ਚੰਨੀ ਖਿਲਾਫ ਫਿਰ ਨਵੇਂ ਸਬੂਤ ਕੱਢ ਲਿਆਏ ਨੇ ਕੈਪਟਨ ਨੇ ਨਵੇਂ ਦਫਤਰ ਦਾ ਉਦਘਾਟਨ ਕਰ ਦਿੱਤਾ ਪਰ ਇਕੱਲੇ-ਇਕੱਲੇ ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ कौर ਬੁਲੇਟਿਨ ਦੇ ਵਿੱਚ ਪਹਿਲਾਂ ਤੁਹਾਨੂੰ ਅੱਜ ਦੀ ਲੋਕ ਰਾਏ ਦੱਸ ਦਿੰਨੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਵੱਲੋਂ ਬੱਸ ਕੰਪਨੀਆਂ ਦੇ ਪਰਮਿਟ ਰੱਦ ਕਰਨ ਦੇ ਕੀਤੇ ਹੁਕਮ ਰੱਦ ਕਰ ਦਿੱਤੇ ਨੇ ਯਾਨੀ ਕਿ ਜਿੰਨੀਆਂ ਵੀ ਪ੍ਰਾਈਵੇਟ ਬੱਸਾਂ ਦੇ ਪਰਮਿਟ ਰੱਦ ਕੀਤੇ ਸੀ ਜਿਹੜੀਆਂ ਗੈਰ ਕਾਨੂੰਨੀ ਚੱਲਦੀਆਂ ਸੀ ਉਹ ਰੱਦ ਕਰਨ ਦੇ ਹੁਕਮ ਹੀ ਰੱਦ ਕਰ ਦਿੱਤੇ ਨੇ ਯਾਨੀ ਕਿ ਪ੍ਰਾਈਵੇਟ ਬੱਸਾਂ ਜਿਹਦੇ ਵਿੱਚ ਜ਼ਿਆਦਾਤਰ ਬਾਦਲਾਂ ਦੀ ਅਵਸਥਾ ਸੀ ਉਹ ਹੁਣ ਸੜਕਾਂ ਤੇ ਆਮ ਘੁੰਮਣ ਗਈਆਂ ਤੁਸੀਂ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿੰਨਾਕ ਸਹੀ ਮੰਨਦੇ ਹੋ ਸਹੀ ਮੰਨਦੇ ਹੋ ਯਸ ਜਾਂ ਹਾਂ ਲਿਖਿਓ ਸਹੀ ਨਹੀਂ ਮੰਨਦੇ ਨੋ ਜਾਂ ਨਾ ਲਿਖਿਓ ਲੇਟਨ ਦੇ ਵਿੱਚ ਖਬਰਾਂ ਵਿਸਥਾਰ ਦੇ ਨਾਲ ਤੇ ਤੁਹਾਨੂੰ ਪੰਜਾਬ ਭਾਰਤ ਦੁਨੀਆ ਦੀਆਂ ਸਾਰੀਆਂ ਵੱਡੀਆਂ ਖਬਰਾਂ ਅਸੀਂ ਦੱਸਦੇ ਹਾਂ ਸਭ ਤੋਂ ਪਹਿਲੀ ਖਬਰ ਬੇਅਦਬੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਨਵੀਂ ਸਿੱਟ ਜਾਂਚ ਕਰ ਰਹੀ ਹੈ ਜਿਸ ਨੇ ਪਿਛਲੇ ਦਿਨੀ ਰਾਮ ਰਹੀਮ ਤੋਂ ਸੁਨਾਰੀਆਂ ਜੇਲ੍ਹ ਦੇ ਵਿੱਚ ਜਾ ਕੇ ਪੁੱਛਗਿੱਛ ਕੀਤੀ ਸੀ ਤੇ ਬਲਾਤਕਾਰੀ ਤੇ ਕਾਤਲ ਸਾਧ ਨੇ ਕਿਸੇ ਵੀ ਸਵਾਲ ਦਾ ਸਹੀ ਢੰਗ ਨਾਲ ਉੱਤਰ ਨਹੀਂ ਦਿੱਤਾ ਸੀ ਉਸ ਤੋਂ ਬਾਅਦ ਡੇਰੇ ਦੀਆਂ ਦੋ ਮੁੱਖ ਸਾਧਵੀਆਂ ਤੋਂ ਵੀ ਪੁੱਛਗਿਛ ਕਰਨ ਦੇ ਲਈ ਉਹਨਾਂ ਨੂੰ ਬੁਲਾਇਆ ਸਿਟ ਨੇ ਪਰ ਉਹ ਨਹੀਂ ਪਹੁੰਚਿਆ ਤਾਂ ਫਿਰ ਸਿਟ ਹੈ ਜਿਹੜੀ ਉਹ ਡੇਰਾ ਸਿਰਸਾ ਦੇ ਵਿੱਚ ਪਹੁੰਚੀ ਇਹਨਾਂ ਦੇ ਕੋਲ ਇਹਨਾਂ ਕੋਲੋਂ ਪੁੱਛਗਿਛ ਕਰਨ ਦੇ ਲਈ ਸਿਰਸਾ ਦੇ ਐਸਪੀ ਅਰਪਿਤ ਜੈਨ ਵੀ ਟੀਮ ਦੇ ਨਾਲ ਡੇਰੇ ਵਿੱਚ ਗਏ ਪੰਜਾਬ ਪੁਲਿਸ ਦੀ ਸਿੱਧੀ ਅਗਵਾਈ ਸਤਿੰਦਰ ਪਾਲ ਕਰ ਰਹੇ ਨੇ ਉਹਨਾਂ ਦੇ ਨਾਲ ਬਟਾਲਾ ਦੇ ਐਸਐਸਪੀ ਮੁਖਵਿੰਦਰ ਸਿੰਘ ਤੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ ਪੁਲਿਸ ਦੀ ਟੀਮ ਨੇ ਡੇਰੇ ਦੀ ਪ੍ਰਬੰਧਕ ਵਿਪਾਸਨਾ ਇਨਸਾਂ ਅਤੇ ਇੱਥੋਂ ਦੀ ਜਿਹੜੀ ਡਾਕਟਰ ਪੀ ਆਰ ਨੈਨ ਜਿਹੜੀ ਵਾਈਸ ਚੇਅਰਮੈਨ ਹੈ ਉਹਦੇ ਨਾਲ ਪੁੱਛੋਤੇ ਪੁੱਛਗਿੱਛ ਕੀਤੀ ਪਰ ਹਾਲੇ ਤੱਕ ਪੁਲਿਸ ਨੇ ਪੁਲਿਸ ਦੀ ਜਿਹੜੀ ਟੀਮ ਹੈ ਉਸਨੇ ਕੋਈ ਜਿਹੜੇ ਵੇਰਵੇ ਨਹੀਂ ਦਿੱਤੇ ਕਿ ਪੁੱਛਗਿੱਛ ਕੀ ਕੀਤੀ ਗਈ ਹੈ ਤੇ ਉਹਨਾਂ ਨੇ ਉੱਤਰ ਕੀ ਦਿੱਤੇ ਨੇ ਉਧਰ 2 ਦਿਨ ਪਹਿਲਾਂ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੂਂਦਰ ਦੇ ਵਿੱਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਚਰਨ ਦਾਸ ਦੇ ਮਾਮਲੇ 'ਚ ਪੁਲਿਸ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਹੈ ਪਰ ਕਤਲ ਕੀਤੇ ਜਾਣ ਵਕਤ ਹਨੇਰਾ ਹੋਣ ਕਰਕੇ ਕਾਤਲਾਂ ਨੂੰ ਕੋਈ ਦੇਖ ਨਹੀਂ ਸਕਿਆ ਸੀ ਕਿਉਂਕਿ ਪਿੰਡ ਦੇ ਵਿੱਚ ਬਿਜਲੀ ਬੰਦ ਸੀ ਪੁਲਿਸ ਨੂੰ ਹੋਰ ਕੋਈ ਸੁਰਾਗ ਨਹੀਂ ਮਿਲਿਆ ਤੇ ਸੀਸੀਟੀਵੀ ਦੇ ਵਿੱਚ ਜਿਹੜੀ ਫੁਟੇਜ ਮਿਲੀ ਹੈ ਕਿਉਂਕਿ ਰਾਤ ਨੂੰ ਕਤਲ ਕੀਤਾ ਗਿਆ ਹੈ ਜਦੋਂ ਦਿਨ ਢਲ ਜਾਂਦਾ ਹੈ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਵੇਲੇ ਵਾਰਦਾਤ ਹੋਈ ਸੀ ਡੇਰਾ ਪ੍ਰੇਮੀ ਚਰਨ ਦਾਸ ਨੂੰ ਕਤਲ ਕੀਤਾ ਗਿਆ ਸੀ ਤੇ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਨੂੰ ਅੱਗੇ ਇਸ ਮਾਮਲੇ ਤੱਕ ਪਹੁੰਚਣ ਚ ਕਿੰਨੀ ਕ ਮਦਦ ਮਿਲੇਗੀ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਤੇ ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਅਗਲੀ ਖਬਰ ਨਾਗਾਲੈਂਡ ਹਿੰਸਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਫੌਜ ਨੇ ਨਾਗਾਲੈਂਡ ਦੇ ਹੀ ਨਾਗਰਿਕਾਂ ਨੂੰ ਮਾਰ ਮੁਕਾਇਆ ਹਾਲਾਂਕਿ ਫੌਜ ਕਹਿ ਰਹੀ ਹੈ ਕਿ ਅਸੀਂ ਅੱਤਵਾਦੀਆਂ ਦੇ ਇਥੇ ਲੁਕੇ ਹੋਣ ਦੀ ਪੱਕੀ ਜਾਣਕਾਰੀ ਲੈ ਕੇ ਪਹੁੰਚੇ ਸੀ ਪਰ ਧੜਾ ਧੜ ਗੋਲੀਆਂ ਦੇ ਨਾਲ ਆਮ ਲੋਕ ਭੁੰਨ ਦਿੱਤੇ ਗਏ ਮੋਨ ਜ਼ਿਲ੍ਹੇ ਦੇ ਵਿੱਚ ਸੋਮਵਾਰ ਨੂੰ ਗਮਗੀਨ ਅਤੇ ਤਣਾਅਪੂਰਨ ਮਾਹੌਲ ਦੇ ਵਿੱਚ ਮਾਰੇ ਗੇ 14 ਲੋਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਦੋਂ ਵੀ ਫੌਜ ਜਾਂ ਕੋਈ ਪੁਲਿਸ ਇਹੋ ਜਿਹੀ ਵਾਰਦਾਤ ਕਰਦੀ ਹੈ ਤਾਂ ਕਦੇ ਵੀ ਉਸ ਕਤਲ ਨੂੰ ਕਤਲ ਦਾ ਨਾਮ ਨਹੀਂ ਦਿੱਤਾ ਜਾਂਦਾ ਸਿਰਫ ਮੀਡੀਆ ਵੀ ਇਹੀ ਕਹਿੰਦਾ ਹੈ ਕਿ ਲੋਕ ਮਾਰੇ ਗਏ ਸੁਰੱਖਿਆ ਬਲਾਂ ਦੀ ਗੋਲੀਬਾਰੀ ਦੇ ਵਿੱਚ ਲੋਕ ਮਾਰੇ ਗਏ ਕਿਉਂ ਨਹੀਂ ਕਤਲ ਦੇ ਮੁਕਦਮੇ ਦਰਜ ਹੁੰਦੇ ਸੁਰੱਖਿਆ ਬਲਾਂ ਦੇ ਉੱਤੇ ਵੀ ਪੁਲਿਸ ਉੱਤੇ ਵੀ ਜੇ ਉਹ ਇਹੋ ਜਿਹੀ ਕਾਰਵਾਈ ਕਰਦੇ ਨੇ ਕੀ ਇੰਨੀ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਕਿ ਖੁਫੀਆ ਜਾਣਕਾਰੀ ਇੰਨੀ ਫੇਲ ਹੋ ਸਕਦੀ ਹੈ ਕਿ ਜਾਣਕਾਰੀ ਮਿਲੀ ਹੋਵੇ ਕਿ ਅੱਤਵਾਦੀ ਇੱਥੇ ਲੁਕੇ ਹੋਏ ਨੇ ਪਰ ਮਾਰ ਦਿਓ ਤੁਸੀਂ ਆਮ ਨਾਗਰਿਕਾਂ ਨੂੰ ਖੈਰ ਅੰਤਿਮ ਸੰਸਕਾਰ ਮੌਕੇ ਨਾਗਾਲੈਂਡ ਦੇ ਸੀਐਮ ਤੋਂ ਇਲਾਵਾ ਉਹਨਾਂ ਦੇ ਮੰਤਰੀ ਮੰਡਲ ਦੇ ਕਈ ਮੈਂਬਰ ਪੁਲਿਸ ਦੇ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੌਜੂਦ ਸਨ ਇਸ ਘਟਨਾ ਦੇ ਵਿਰੋਧ ਵਿੱਚ ਮਰਨ ਵਾਲਿਆਂ ਦੇ ਨਾਲ ਸ਼ੋਕ ਜਿਤਾਉਣ ਅਤੇ ਅੰਤਿਮ ਵਿਦਾਈ ਦੇਣ ਲਈ ਖਾਸ ਤੌਰ ਤੇ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚੇ ਹੋਏ ਸੀ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਓ ਰੀਓ ਨੇ ਕੇਂਦਰ ਸਰਕਾਰ ਨੂੰ AFSPA ਯਾਨੀ ਕਿ ਆਰਮਡ ਫੋਰਸਸ ਸਪੈਸ਼ਲ ਪਾਵਰ ਐਕਟ ਹਟਾਉਣ ਦੀ ਮੰਗ ਕੀਤੀ ਤੇ ਉਹਨਾਂ ਦੀ ਮੰਗ ਦੇ ਕੁਝ ਘੰਟਿਆਂ ਬਾਅਦ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਤੈਅ ਕੀਤਾ ਗਿਆ ਹੈ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਯਾਨੀ ਕਿ ਜਿਹੜਾ AF AFSPA ਉਸ ਨੂੰ ਹਟਾਉਣ ਨੂੰ ਲੈ ਕੇ ਕੋਈ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਤੇ ਇਸ ਘਟਨਾ ਦੇ ਵਿੱਚ ਵੱਡੀ ਰਾਹਤ ਦੀ ਗੱਲ ਇਹ ਮਿਲ ਰਹੀ ਹੈ ਕਿ ਪੁਲਿਸ ਨੇ ਸੁਰੱਖਿਆ ਬਲਾਂ ਦੇ ਖਿਲਾਫ ਕੇਸ ਦਰਜ ਕਰ ਲੈਨੇ ਹੋਣੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਜਿਹੀਆਂ ਘਟਨਾਵਾਂ ਵਾਪਰਦਿਆਂ ਨੇ ਸੁਰੱਖਿਆ ਬਲਾਂ ਤੇ ਪੁਲਿਸ ਦੇ ਖਿਲਾਫ ਕੇਸ ਦਰਜ ਨਹੀਂ ਕੀਤੇ ਜਾਂਦੇ ਜੇ ਉਹ ਲੋਕਾਂ ਦਾ ਕਤਲ ਕਰਦੇ ਨੇ ਖੈਰ ਇਸ ਘਟਨਾ ਦੇ ਵਿੱਚ ਫੌਜ ਦੀ 21 ਪੈਰਾ ਵਿਸ਼ੇਸ਼ ਫੋਰਸ ਦੇ ਸੁਰੱਖਿਆ ਬਲਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਮੋਨ ਕਸਬੇ ਦੇ ਵਿੱਚ ਭਾਵੇਂ ਧਾਰਾ 143 ਦੇ ਤਹਿਤ ਪਾਬੰਦੀ ਦੇ ਹੁਕਮ ਲਾਗੂ ਨੇ ਪਰ ਹਾਲਾਤ ਹਾਲੇ ਵੀ ਉੱਥੇ ਤਲਖੀ ਵਾਲੇ ਬਣੇ ਹੋਏ ਨੇ ਤਣਾਅਪੂਰਨ ਬਣੇ ਹੋਏ ਨੇ ਹੋਣ ਵੀ ਕਿਉਂ ਨਾ 14 ਲੋਕਾਂ ਦੀ ਮੌਤ ਹੋ ਗਈ ਹੈ 14 ਘਰ ਸੁੰਨੇ ਹੋ ਗਏ ਨੇ ਇਸ ਦੌਰਾਨ ਸੁਰੱਖਿਆ ਬਲਾਂ ਦੇ ਵੱਲੋਂ ਗਲਤ ਪਛਾਣ ਨੂੰ ਲੈ ਕੇ ਕੀਤੀ ਗੋਲੀਬਾਰੀ ਦੌਰਾਨ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਨੂੰ ਲੈ ਕੇ ਵੀ ਦੁਚਿੱਤੀ ਬਣੀ ਹੋਈ ਹੈ। ਸ਼ੁਰੂਆਤ ਦੇ ਵਿੱਚ 17 ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਦਾਵਾ ਕੀਤਾ ਗਿਆ ਸੀ ਪਰ ਹੁਣ ਅੰਕੜਾ ਘਟਾ ਕੇ 14 ਕਰ ਦਿੱਤਾ ਗਿਆ ਹੈ। ਵੱਖ-ਵੱਖ ਹਸਪਤਾਲਾਂ ਦੇ ਵਿੱਚ ਜ਼ਖਮੀ ਲੋਕਾਂ ਦੀ ਗਿਣਤੀ ਵੀ ਥੋੜੀ ਨਹੀਂ ਹੈਗੀ। 28 ਹੈ ਜਿਨ੍ਹਾਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਯਾਨੀ 6 ਹੋਰ ਹਾਲੇ ਮਰਨ ਕਿਨਾਰੇ ਨੇ। ਤਿੰਨਾਗਾ ਲੈਂਡ ਦੇ ਇਹਨਾਂ ਕਤਲਾਂ ਦਾ ਮੁੱਦਾ ਲੋਕ ਸਭਾ ਦੇ ਵਿੱਚ ਵੀ ਗੂੰਜਿਆ ਮ੍ਰਿਤਕਾਂ ਦੇ ਵਾਰਸਾਂ ਦੇ ਲਈ ਯੋਗ ਮੁਆਵਜ਼ੇ ਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਲੋਕ ਸਭਾ ਦੇ ਵਿੱਚ ਕੌਮੀ ਜਮਹੂਰੀ ਪ੍ਰਗਤੀਸ਼ੀਲ ਪਾਰਟੀ ਯਾਨੀ ਕਿ ਐਨ ਡੀ ਪੀ ਪੀ ਕਾਂਗਰਸ ਡੀ ਐਮ ਕੇ ਟੀ ਐਮ ਸੀ ਸ਼ਿਵ ਸੇਨਾ ਜੀ ਡੀ ਯੂ ਰਾਸ਼ਟਰੀ ਕਾਂਗਰਸ ਪਾਰਟੀ ਤੇ ਬਸ ਬਸ ਸੇਤ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਇਹ ਮੁੱਦਾ ਚੁੱਕਿਆ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਮ੍ਰਿਤਕਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਤੇ ਗ੍ਰਹਿ ਮੰਤਰੀ ਵੱਲੋਂ ਇਸ ਮਾਮਲੇ ਤੇ ਪੂਰੀ ਸਥਿਤੀ ਸਪਸ਼ਟ ਕੀਤੀ ਜਾਣ ਦੀ ਮੰਗ ਕੀਤੀ ਕਾਂਗਰਸ ਦੇ ਗੌਰਵ ਗੋਗੋਈ ਨੇ ਕਿਹਾ ਕਿ 4 ਦਸੰਬਰ ਨੂੰ ਨਾਗਾਲੈਂਡ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਜਾਏਗਾ ਤ੍ਰਿੰਮੂਲ ਕਾਂਗਰਸ ਦੇ ਸੰਦੀਪ ਬੰਦੋਪਾਧਿਆਏ ਨੇ ਕਿਹਾ ਕਿ ਇਸ ਘਟਨਾ ਦੀ ਉਚਿਤ ਜਾਂਚ ਕੀਤੀ ਜਾਵੇ ਯੋਗ ਮੁਆਵਜ਼ਾ ਦਿੱਤਾ ਜਾਵੇ ਜੇਡੀਯੂ ਦੇ ਰਾਜੀਵ ਰਣਜਨ ਮਿਸ਼ਰਾ ਨੇ ਕਿਹਾ ਕਿ ਸਰਕਾਰ ਨਾਰਥ-ਈਸਟ ਦੇ ਵਿੱਚ ਸ਼ਾਂਤੀ ਸਥਾਪਨਾ ਲਈ ਕੋਸ਼ਿਸ਼ਾਂ ਕਰ ਰਹੀ ਹੈ ਤੇ ਗਲਤ ਪਛਾਣ ਦੇ ਆਧਾਰ ਤੇ ਬੇਦੋਸ਼ਿਆਂ ਦੀ ਹੱਤਿਆ ਦੇ ਨਾਲ ਅਮਲ ਬਹਾਲੀ ਅਮਨ ਬਹਾਲੀ ਦੇ ਯਤਨਾਂ ਨੂੰ ਸੱਟ ਜ਼ਰੂਰ ਵੱਜੀ ਹੈ ਗੱਲ ਕਰਾਂਗੇ ਹੁਣ ਓਮੀਕਰੋਨ ਦੀ ਕਰੋਨਾ ਦਾ ਜਿਹੜਾ ਨਵਾਂ ਸਰੂਪ ਜਿਸ ਦਾ ਕਾਫੀ ਰੌਲਾ ਪੈ ਰਿਹਾ ਹੈ ਓਮੀਕਰੋਨ ਉਸ ਦੇ ਜਿਹੜੇ ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਕੇਸ ਵਧਦੇ ਜਾ ਰਹੇ ਨੇ ਭਾਰਤ ਦੇ ਵਿੱਚ ਵੀ ਕੇਸਾਂ ਦੀ ਗਣ ਗਿਣਤੀ ਹੈ ਜਿਹੜੀ ਉਹ 20 ਦੇ ਨੇੜੇ ਪਹੁੰਚਣ ਵਾਲੀ ਹੈ ਤੇ ਯਾਤਰਾ ਸੰਬੰਧੀ ਕਈ ਪਾ ਬੰਦੀਆਂ ਲਾ ਦਿੱਤੀਆਂ ਨੇ ਵੱਖ-ਵੱਖ ਮੁਲਕਾਂ ਨੇ ਉਹ ਸਾਰੇ ਮੁਲਕਾਂ ਨੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਯੂਕੇ ਨੇ ਜਿਹੜੇ ਨਵੇਂ ਨਿਯਮ ਐਲਾਨੇ ਨੇ ਉਹ ਤੁਹਾਨੂੰ ਦੱਸਦੇ ਹਾਂ 7 ਦਸੰਬਰ ਤੋਂ ਬਰਤਾਨੀਆਂ ਦੀ ਯਾਤਰਾ ਕਰਨ ਵਾਲੇ ਲੋਕਾਂ ਦੇ ਲਈ ਨਵੇਂ ਨਿਯਮ ਬਣਾ ਦਿੱਤੇ ਗਏ ਨੇ ਜਿਨ੍ਹਾਂ ਦੇ ਮੁਤਾਬਿਕ ਬਰਤਾਨੀਆਂ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਕੋਵਿਡ ਦਾ ਟੈਸਟ ਕਰਾਉਣਾ ਹੀ ਹੋਵੇਗਾ ਤੇ ਬਰਤਾਨੀਆਂ ਪਹੁੰਚਣ ਤੋਂ ਬਾਅਦ ਵੀ ਉਹਨਾਂ ਦਾ ਕੋਵਿਡ ਟੈਸਟ ਕੀਤਾ ਜਾਏਗਾ ਕੋਵਿਡ ਟੈਸਟ ਦੇ ਨਤੀਜੇ ਆਉਣ ਤੱਕ ਯਾਤਰੀਆਂ ਨੂੰ ਆਪਣੇ ਆਪ ਨੂੰ ਸੈਲਫ ਆਈਸੋਲੇਸ਼ਨ ਦੇ ਵਿੱਚ ਰੱਖਣਾ ਹੋਵੇਗਾ ਆਪਣੇ ਆਪ ਨੂੰ ਬੰਦ ਰੱਖਣਾ ਹੋਵੇਗਾ ਪਰ ਆਪਣੇ ਘਰ ਦੇ ਵਿੱਚ ਰੱਖ ਸਕਦੇ ਨੇ ਭਾਵੇਂ ਉਹਨਾਂ ਦੀ ਵੈਕਸੀਨੇਸ਼ਨ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਨੂੰ ਕਵਾਰੰਟਾਈਨ ਰਹਿਣਾ ਹੀ ਪਊਗਾ ਜੇ ਟੈਸਟ ਰਿਪੋਰਟ ਨੈਗੇਟਿਵ ਆਉਂਦੀ ਹੈ ਉਸ ਤੋਂ ਬਾਅਦ ਯਾਤਰੀ ਆਪਣੇ ਸੈਲਫ ਕਵਾਰੰਟਾਈਨ ਨੂੰ ਸੈਲਫ ਆਈਸੋਲੇਸ਼ਨ ਨੂੰ ਖਤਮ ਕਰ ਸਕਦੇ ਨੇ ਨਾਲ ਹੀ ਬਰਤਾਨੀਆ ਆਉਣ ਤੇ ਯਾਤਰੀਆਂ ਨੂੰ ਪੈਸੇਂਜਰ ਲੋਕੇਟਰ ਫਾਰਮ 20 ਭਰਨਾ ਹੋਵੇਗਾ ਕਿ ਉਹ ਰਹਿ ਕਿੱਥੇ ਰਹੇ ਨੇ ਯੂਕੇ ਦੇ ਸੇਤਸ ਕਤਲ ਸਾਜਦ ਜਾਵੈਦ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸੋਮਵਾਰ ਸਵੇਰੇ 4 ਵਜੇ ਤੋਂ ਸਿਰਫ ਯੂਕੇ ਆਇਰਿਸ਼ ਨਾਗਰਿਕ ਅਤੇ ਵਸਨੀਕ ਜੋ ਨਾਈਜੀਰੀਆ ਤੋਂ ਆ ਰਹੇ ਨੇ ਉਹਨਾਂ ਨੂੰ ਹੀ ਐਂਟਰੀ ਦੀ ਇਜਾਜ਼ਤ ਹੋਵੇਗੀ ਅਤੇ ਉਹਨਾਂ ਨੂੰ ਕਵਾਰੰਟਾਈਨ ਫੈਸਿਲਿਟੀ ਵਿੱਚ ਇਕਾਂਤ ਵਾਸ ਲਾਜ਼ਮੀ ਕਰਨਾ ਪਵੇਗਾ ਬਰਤਾਨੀਆ ਦੀ ਰੈਡ ਲਿਸਟ ਦੇ ਵਿੱਚ ਹੁਣ ਨਾਈਜੀਰੀਆ ਦਾ ਨਾਮ ਵੀ ਜੁੜ ਗਿਆ ਹੈ ਇਸ ਲਿਸਟ ਦੇ ਵਿੱਚ ਸ਼ਾਮਿਲ ਮੁਲਕ ਨੇ ਦੱਖਣੀ ਅਫਰੀਕਾ ਨਾਈਜੀਰੀਆ ਨਾਮਬੀਆ ਜ਼ਿੰਬਾਬਵੇ ਵਾਟਸਵਾਨਾ ਲੁਸੋਥੋ ਅੰਗੋਲਾ ਮੋਜ਼ਮਬਿਕ ਮਲਾਈ ਮਲਾਵੀ ਜ਼ਾਂਬੀਆ ਤੇ ਸਵਟ ਨੇ ਇਹ ਮੁਲਕ ਹੈਗੇ ਨੇ ਜਿਹੜੇ ਰੈਡ ਲਿਸਟ ਦੇ ਵਿੱਚ ਸ਼ਾਮਿਲ ਨੇ ਇੱਕ ਹੋਰ ਟਵੀਟ ਕੀਤਾ ਹੈ ਜਾਵედ ਨੇ ਉਹਨਾਂ ਨੇ ਲਿਖਿਆ ਕਿ ਮੰਗਲਵਾਰ ਸਵੇਰੇ ਲੰਡਨ ਸਮੇਂ ਦੇ ਮੁਤਾਬਿਕ 4 ਵਜੇ ਤੋਂ ਜੋ ਲੋਕ ਯੂਕੇ ਪਹੁੰਚਣਗੇ ਉਹ ਲਾਲ ਸੂਚੀ ਵਾਲੇ ਮੁਲਕਾਂ ਤੋਂ ਨਹੀਂ ਹੋਣਗੇ ਉਹਨਾਂ ਨੂੰ ਫਲਾਈਟ ਲੈਂਦੋਂ ਪਹਿਲਾਂ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੋਏਗਾ ਯਾਨੀ ਕਿ ਇਹਨਾਂ ਸਾਰੇ ਮੁਲਕਾਂ ਤੋਂ ਜਿਨ੍ਹਾਂ ਦਾ ਹੁਣੇ ਨਾਮ ਲਿਆ ਇਹਨਾਂ ਮੁਲਕਾਂ ਤੋਂ ਤਾਂ ਲੋਕ ਆ ਹੀ ਨਹੀਂ ਸਕਦੇ ਬਾਕੀ ਲੋਕ ਜਿਹੜੇ ਹੋਰ ਮੁਲਕਾਂ ਤੋਂ ਆ ਰਹੇ ਨੇ ਉਹਨਾਂ ਨੂੰ ਕੋਵਿਡ-19 ਟੈਸਟ ਕਰਵਾਉਣਾ ਹੋਏਗਾ ਭਾਵੇਂ ਉਹਨਾਂ ਦਾ ਵੈਕਸੀਨੇਸ਼ਨ ਸਟੇਟਸ ਕੁਝ ਵੀ ਹੋਵੇ ਇੰਗਲੈਂਡ ਦੇ ਵਿੱਚ ਹੁਣ ਤੱਕ ਕੋਮਿਕਰੋਨ ਦੇ 134 ਮਾਮਲੇ ਸਾਹਮਣੇ ਆ ਚੁੱਕੇ ਨੇ ਇੰਗਲੈਂਡ ਤੋਂ ਬਾਅਦ ਗੱਲ ਕਰ ਲੈਨੇ ਆ ਅਮਰੀਕਾ ਦੀ ਅਮਰੀਕਾ ਨੇ ਕਿਹੜੇ ਨਵੇਂ ਨਿਯਮ ਐਲਾਨੇ ਨੇ 3 ਦਸੰਬਰ ਨੂੰ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਕੁਮਾਂਤਰੀ ਯਾਤਰੀਆਂ ਨੂੰ ਰਵਾਨਗੀ ਦੇ 1 ਦਿਨ ਦੇ ਅੰਦਰ ਟੈਸਟ ਕਰਵਾਉਣਾ ਹੋਏਗਾ ਯਾਨੀ ਕਿ ਜਿਹੜੇ ਦਿਨ ਯਾਤਰਾ ਕਰਨੀ ਹੈ ਉਸ ਤੋਂ 1 ਦਿਨ ਪਹਿਲਾਂ ਟੈਸਟ ਕਰਵਾਇਆ ਹੋਣਾ ਜ਼ਰੂਰੀ ਹੈ ਚਾਹੇ ਵੈਕਸੀਨੇਸ਼ਨ ਹੋਈ ਹੋਵੇ ਚਾਹੇ ਨਹੀਂ ਹੋਈ ਹੋਵੇ ਕੈਨੇਡਾ ਨੇ ਵੀ ਨਵੇਂ ਫੈਸਲੇ ਲੈ ਲੈਨੇ ਸਰਕਾਰ ਨੇ ਕਈ ਮੁਲਕਾਂ ਤੋਂ ਕੈਨੇਡਾ ਵੱਲ ਐਂਟਰੀ ਤੇ ਪਾਬੰਦੀ ਲਾ ਦਿੱਤੀ ਹੈ ਇਹਨਾਂ ਦੇ ਵਿੱਚ ਮਿਸਰ ਵਾਟਸ ਵਨਾ ਇਸ ਵਾਟ ਨੇ ਦੱਖਣੀ ਅਫਰੀਕਾ ਜ਼ਿੰਬਾਬਵੇ ਤੇ ਹੋਰ ਕਈ ਦੱਖਣੀ ਅਫਰੀਕੀ ਮੁਲਕ ਸ਼ਾਮਿਲ ਨੇ ਹਾਲਾਂਕਿ ਭਾਰਤ ਨੂੰ ਰਾਹਤ ਹੈ ਭਾਰਤ ਦਾ ਨਾਮ ਇਸ ਲਿਸਟ ਦੇ ਵਿੱਚ ਨਹੀਂ ਹੈ ਇਹ ਜਿਹੜੇ ਮੁਲਕ ਨੇ ਉੱਥੋਂ ਤਾਂ ਕੋਈ ਵੀ ਕੈਨੇਡਾ ਦੇ ਵਿੱਚ ਐਂਟਰ ਹੋ ਹੀ ਨਹੀਂ ਸਕਦਾ ਕੈਨੇਡਾ ਦੇ ਨਾਗਰਿਕ ਜਿਹੜੇ ਪੱਕੇ ਵਸਨੀਕ ਨੇ ਜੇ ਇਹਨਾਂ 10 ਮੁਲਕਾਂ ਦੇ ਵਿੱਚੋਂ ਲੰਘੇ ਨੇ ਪਿਛਲੇ 14 ਦਿਨਾਂ ਦੇ ਵਿੱਚ ਉਹ ਇੱਥੋਂ ਹੋ ਕੇ ਆਏ ਨੇ ਤਾਂ ਉਹਨਾਂ ਨੂੰ ਵਾਪਸ ਆਉਣ ਤੇ ਟੈਸਟਿੰਗ ਸਕਰੀਨਿੰਗ ਤੇ ਕਵਾਰੰਟੇਨ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਵਿੱਚੋਂ ਲੰਘਣਾ ਪਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਅਮਰੀਕਾ ਨੂੰ ਛੱਡ ਕੇ ਬਾਕੀ ਮੁਲਕਾਂ ਤੋਂ ਆਉਣ ਵਾਲੇ ਫੁਲੀ ਵੈਕਸੀਨੇਟਰ ਯਾਤਰੀਆਂ ਦਾ ਕੈਨੇਡਾ ਪਹੁੰਚਣ ਤੇ ਟੈਸਟ ਵੀ ਕੀਤਾ ਜਾਏਗਾ ਹੁਣ ਗੱਲ ਕਰਦੇ ਹਾਂ ਭਾਰਤ ਦੀ ਕੀ ਭਾਰਤ ਨੇ ਵੀ ਕੋਈ ਨਵੇਂ ਨਿਯਮ ਐਲਾਨੇ ਨੇ ਬਿਲਕੁਲ ਭਾਰਤ ਕਾਰ ਨੇ ਭਾਰਤ ਆਉਣ ਵਾਲਿਆਂ ਦੇ ਲਈ ਸਵੈ ਘੋਸ਼ਿਤ ਫਾਰਮ ਭਰਨਾ ਜ਼ਰੂਰੀ ਕਰ ਦਿੱਤਾ ਹੈ ਤੇ ਇਸ ਫਾਰਮ ਦੇ ਵਿੱਚ ਪਿਛਲੇ 14 ਦਿਨਾਂ ਦੀਆਂ ਯਾਤਰਾਵਾਂ ਸੰਬੰਧੀ ਉਸ ਨੂੰ ਵੇਰਵਾ ਦੇਣਾ ਪਵੇਗਾ ਯਾਨੀ ਕਿ ਪਿਛਲੇ 14 ਦਿਨوں ਕਿੱਥੇ ਕਿੱਥੇ ਗਿਆ ਹੈਗਾ ਕੋਵਿਡ-19 ਦੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਅਪਲੋਡ ਕਰਨੀ ਲਾਜ਼ਮੀ ਹੋਵੇਗੀ ਜੇ ਅਪਲੋਡ ਕੀਤੀ ਗਈ ਜਾਣਕਾਰੀ ਝੂਠੀ ਨਿਕਲੂਗੀ ਤਾਂ ਅਪਰਾਧਿਕ ਕੇਸ ਦਰਜ ਕੀਤਾ ਜਾਊਗਾ ਕ੍ਰਿਮੀਨਲ ਕੇਸ ਰਿਸਕ ਵਾਲੇ ਮੁਲਕਾਂ ਤੋਂ ਕਵਾਂਤਰੀ ਯਾਤਰੀਆਂ ਦੇ ਭਾਰਤ ਆਉਣ ਉੱਤੇ ਯਾਤਰੀਆਂ ਬਾਰੇ ਜਾਣਕਾਰੀ ਜਿਹੜੀ ਹੈ ਏਅਰਲਾਈਨ ਨੂੰ ਪਹਿਲਾਂ ਹੀ ਭਾਰਤ ਸਰਕਾਰ ਨੂੰ ਦੇਣੀ ਪਵੇਗੀ ਤੇ ਏਅਰਲਾਈਨਸ ਸਿਰਫ ਉਹਨਾਂ ਯਾਤਰੀਆਂ ਨੂੰ ਹੀ ਐਂਟਰੀ ਦੇਣਗੀਆਂ ਜੋ ਆਪਣੇ ਸਵੈ ਘੋਸ਼ਿਤ ਫਾਰਮ ਭਰਨਗੀਆਂ ਨੈਗੇਟਿਵ ਰਿਪੋਰਟ ਅਪਲੋਡ ਕਰਨੀਆਂ ਸੋ ਇਹ ਭਾਰਤ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਨਿਯਮ ਨੇ ਸੋ so WHO ਲਗਾਤਾਰ ਚੇਤਾਵਨੀ ਦੇ ਰਿਹਾ ਹੈ ਕਿ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਬਹੁਤ ਖਤਰਨਾਕ ਹੈ ਜਿਸ ਦਾ ਨਾਮ ਓਮਿਕਰੋਨ ਹੈ ਜਿਹੜੇ ਮੁਲਕ ਬਹੁਤ ਹੀ ਛੋਟਾ ਖੁੱਲਾ ਦੇ ਰਹੇ ਨੇ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਨੇ WHO ਦੇ ਮੁਖੀ ਡਾਕਟਰ ਟੈਡਰੋਸ ਨੇ ਅਮੀਰ ਮੁਲਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਗਰੀਬ ਮੁਲਕਾਂ ਨੂੰ ਤੁਸੀਂ ਟੀਕਾ ਭੇਜੋ ਉਹਨਾਂ ਦੇ ਟੀਕਾ ਲਵਾਇਆ ਜਾਵੇ ਹਾਲਾਂਕਿ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਰੋਨਾ ਵਾਇਰਸ ਦਾ ਟੀਕਾ ਸੀ ਲਵਾ ਚੁੱਕੇ ਹਾਂ ਉਸ ਦਾ ਓਮਿਕਰੋਨ ਦੇ ਉੱਤੇ ਕੋਈ ਅਸਰ ਨਹੀਂ ਫਿਰ ਵੀ WHO ਕਹਿ ਰਿਹਾ ਹੈ ਕਿ ਟੀਕਾ ਲਵਾਓ ਲੋਕ ਕਹਿ ਰਹੇ ਨੇ ਕਿ ਜੇ ਓਮਿਕਰੋਨ ਦੇ ਉੱਤੇ ਸਾਡਾ ਟੀਕਾ ਲਵਾਉਣ ਨਾਲ ਕੋਈ ਫਰਕ ਨਹੀਂ ਪੈਣਾ ਤਾਂ ਫਿਰ ਸਾਡੇ ਟੀਕੇ ਕਿਉਂ ਲਾਏ ਉਹ ਵੀ ਦੋ ਦੋ WHO ਨੇ ਵੀ ਕਿਹਾ ਕਿ ਜਿਹੜੇ ਲੋਕ ਸਿਹਤਮਾਨ ਨਹੀਂ ਹੈਗੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਉਹਨਾਂ ਨੂੰ ਹਾਲੇ ਯਾਤਰਾ ਨਹੀਂ ਕਰਨੀ ਚਾਹੀਦੀ 60 ਤੋਂ ਵੱਧ ਉਮਰ ਵਾਲੇ ਲੋਕ ਯਾਤਰਾ ਨਾ ਕਰਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਪ੍ਰਾਈਵੇਟ ਬੱਸ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਵੱਲੋਂ ਪ੍ਰਾਈਵੇਟ ਬੱਸ ਕੰਪਨੀਆਂ ਦੇ ਪਰਮਿਟ ਰੱਦ ਕਰਨ ਦੇ ਕੀਤੇ ਹੁਕਮ ਰੱਦ ਕਰ ਦਿੱਤੇ ਨੇ ਪੰਜਾਬ ਸਰਕਾਰ ਨੇ ਟੈਕਸ ਨਾ ਭਰਨ ਕਰਕੇ ਕੁਝ ਪ੍ਰਾਈਵੇਟ ਬੱਸ ਕੰਪਨੀਆਂ ਦੇ ਪਰਮਿਟ ਰੱਦ ਕਰਨ ਦੇ ਹੁਕਮ ਦਿੱਤੇ ਸੀ ਜਿਸ ਤੋਂ ਬਾਅਦ ਪ੍ਰਾਈਵੇਟ ਬੱਸ ਕੰਪਨੀਆਂ ਹਾਈ ਕੋਰਟ ਪਹੁੰਚ ਗਈਆਂ ਸੀ ਅਤੇ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਇਸ ਐਲਾਨ ਤੋਂ ਬਾਅਦ ਨਿਰਦੇਸ਼ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਬਾਦਲ ਪਰਿਵਾਰ ਨੂੰ ਹੋਏਗਾ ਕਿਉਂਕਿ ਬਾਦਲਾਂ ਦੀਆਂ ਜਿੰਨੀਆਂ ਬੱਸਾਂ ਪੰਜਾਬ ਦੇ ਵਿੱਚ ਨੇ ਉਹਨੀਆਂ ਸ਼ਾਇਦ ਹੋਰ ਕਿਸੇ ਤੜੇ ਦੀਆਂ ਨਹੀਂ ਹੈਗੀਆਂ ਹਾਲਾਂਕਿ ਇਕੱਲੇ ਅਕਾਲੀ ਦਲ ਦੀ ਅਕਾਲੀ ਦਲ ਦੇ ਲੀਡਰਾਂ ਦੀਆਂ ਨਹੀਂ ਬਲਕਿ ਕਾਂਗਰਸ ਦੇ ਵੀ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦਾ ਟਰਾਂਸਪੋਰਟ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਚਲਦਾ ਹੈ ਸੋ ਜਿਹੜੇ ਟਰਾਂਸਪੋਰਟ ਮੰਤਰੀ ਨੇ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੂੰ ਜ਼ਰੂਰ ਝਟਕਾ ਲੱਗਿਆ ਹੈ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਤੋਂ ਉਹਨਾਂ ਨੇ ਮੰਤਰਾਲਾ ਸੰਭਿਆ ਹੈ ਵਜ਼ੀਰੀ ਸੰਭੀ ਹੈ ਲਗਾਤਾਰ ਐਕਟਿਵ ਨੇ ਤੇ ਗੈਰ ਕਾਨੂੰਨੀ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਤੇ ਜਿਹੜੀ ਉਹ ਕੜਾਕਾ ਚਾੜ ਰਹੇ ਸੀ ਪਰ ਹੁਣ ਉਹਨਾਂ ਦਾ ਕੜਾਕਾ ਕਿਸੇ ਕੰਮ ਦਾ ਨਹੀਂ ਰਿਹਾ ਐਸਟੀਐਫ ਰਿਪੋਰਟ ਦੇ ਨਾਲ ਜੁੜੀ ਖਬਰ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ ਤੇ ਐਸਟੀ ਵਣਾਈ ਗਈ ਸੀ ਉਸਨੇ ਰਿਪੋਰਟ ਕਰੀਬ 2.5 ਸਾਲ ਪਹਿਲਾਂ ਦੇ ਦਿੱਤੀ ਪਰ ਹਾਲੇ ਤੱਕ ਰਿਪੋਰਟ ਨਹੀਂ ਖੁੱਲੀ ਤਾਜ਼ਾ ਜਿਹੜੀ ਸੁਣਵਾਈ ਹੋਈ ਹੈ ਸੋਮਵਾਰ ਨੂੰ ਉਹ ਸਭ ਤੋਂ ਲੰਬੀ ਸੁਣਵਾਈ ਚੱਲੀ ਆਸ ਕੀਤੀ ਜਾ ਰਹੀ ਸੀ ਕਿ ਸ਼ਾਇਦ ਹਾਈ ਕੋਰਟ ਦੀ ਇਸ ਸੁਣਵਾਈ ਦੇ ਵਿੱਚ ਰਿਪੋਰਟ ਖੁੱਲਣੀ ਹੈ ਤਾਂ ਹੀ ਇੰਨੀ ਲੰਬੀ ਸੁਣਵਾਈ ਚੱਲ ਰਹੀ ਹੈ ਪਰ ਇਹ ਰਿਪੋਰਟ ਨਹੀਂ ਖੁੱਲੀ ਬਲਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਕਿਹਾ ਕਿ ਜੇ ਅਸੀਂ ਕੋਈ ਰੋਕ ਨਹੀਂ ਲਾਈ ਤਾਂ ਫਿਰ ਪੰਜਾਬ ਸਰਕਾਰ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ ਐਸਟੀਐਫ ਰਿਪੋਰਟ ਦੇ ਉੱਤੇ ਇਸ ਨੂੰ ਖੁੱਲਣ ਦੇ ਉੱਤੇ ਤੇ ਹੁਣ 9 ਦਸੰਬਰ ਨੂੰ ਪੂਰੇ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ ਤੇ ਪੂਰੀ ਆਸ ਹੈ ਕਿ ਲੱਗਦਾ ਹੈ ਇਸ ਤਰ੍ਹਾਂ ਦੀ ਸੰਭਾਵਨਾ ਆਪਾਂ ਕਰ ਸਕਦੇ ਹਾਂ ਕਿ ਸ਼ਾਇਦ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਇਸ ਸੁਣਵਾਈ ਦੇ ਵਿੱਚ ਝਾੜ ਪਈ ਹੈ ਤਾਂ ਅਗਲੀ ਸੁਣਵਾਈ ਤੱਕ ਰਿਪੋਰਟ ਦਾ ਕੁਛ ਨਾ ਕੁਛ ਬਣ ਜਾਵੇ ਐਸਟੀਐਫ ਰਿਪੋਰਟ ਖੋਲਣ ਤੇ ਹੀ ਕੋਈ ਫੈਸਲਾ ਇਸ ਸੁਣਵਾਈ ਦੇ ਵਿੱਚ ਲਿਆ ਜਾਵੇਗਾ ਪੰਜਾਬ ਦੇ ਐਡਵੋਕੇਟ ਜਨਰਲ ਨੇ মিডিਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸਿਰਫ ਇੰਨਾ ਕਿਹਾ ਕਿ 9 ਦਸੰਬਰ ਨੂੰ ਅਗਲੀ ਸੁਣਵਾਈ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦਾ ਬੀਜੇਪੀ ਵਿੱਚ ਜਾਣ ਦਾ ਰਾਹ ਰੋਕ ਲਿਆ। ਹਾਈ ਕਮਾਂਡ ਵੱਲੋਂ ਦੋਵੇਂ ਲੀਡਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਨੇ ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾ ਦਿੱਤਾ ਗਿਆ ਜਦਕਿ ਸੁਨੀਲ ਜਾਖੜ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ। ਇਸ ਦੇ ਨਾਲ ਹੀ ਸਾਬਕਾ ਮੰਤਰੀ ਅੰਮ੍ਰਿਤਾ ਸੋਨੀ ਨੂੰ ਸਿਲੈਕਸ਼ਨ ਮਾਫ ਕਰਨਾ ਇਲੈਕਸ਼ਨ ਕਮੇਟੀ ਦਾ ਕੋਆਰਡੀਨੇਟਰ ਬਣਾ ਦਿੱਤਾ ਗਿਆ ਜਦਕਿ ਅਜੇ ਮਾਕਨ ਨੂੰ ਸਕਰੀਨਿੰਗ ਕਮੇਟੀ ਦੇ ਚੇ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਪਾਰਟੀ ਹਾਈ ਕਮਾਂਡ ਵੱਲੋਂ ਚਾਹੇ ਪ੍ਰਤਾਪ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਤਾਂ ਬਣਾ ਦਿੱਤਾ ਗਿਆ ਪਰ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਲਈ ਜਵਾਬਦੇਹੀ ਵੀ ਹੋਣਗੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਬਾਬਾ ਤੇਜ਼ ਹੋ ਗਈਆਂ ਨੇ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਸਮੇਤ ਦੂਜੀਆਂ ਪਾਰਟੀਆਂ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ ਹੈ ਪਿਛਲੇ 2 ਦਿਨਾਂ ਤੋਂ ਇਹੀ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਦੇ ਸਾਬਕਾ ਦੋਵੇਂ ਪ੍ਰਧਾਨ ਭਾਜਪਾ ਦੇ ਬੇੜੇ ਵਿੱਚ ਛਾਲ ਮਾਰਨ ਦੀ ਤਿਆਰੀ ਵਿੱਚ ਨੇ ਕਾਂਗਰਸ ਨੇ ਨਵੇਂ ਤੀਰ ਦੇ ਨਾਲ ਦੋਵੇਂ ਲੀਡਰਾਂ ਨੂੰ ਚਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਲੋਕ ਸਭਾ ਹਲਕਾ ਨਾਨਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਦੇ ਵੀ ਤਿਲਕਣ ਦੀ ਕਾਫੀ ਚਰਚਾ ਚੱਲ ਰਹੀ ਹੈ ਪਰ ਕਾਂਗਰਸ ਵੱਲੋਂ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਾ ਦੇਣ ਨੂੰ ਲੈ ਕੇ ਲੱਗਦਾ ਹੈ ਕਿ ਸ਼ਾਇਦ ਸੋਨੀਆ ਗਾਂਧੀ ਨੂੰ ਦਿਵਾੜੀ ਦੀ ਕੋਈ ਬਹੁਤੀ ਪਰਵਾਹ ਨਹੀਂ ਹੈ ਉਹ ਜਵਨੀਸ਼ ਦਿਵਾੜੀ ਰਾਹੁਲ ਬਿਰਗੇਡ ਦੇ ਮੂਰਲੇ ਕਪਤਾਨਾਂ ਦੇ ਵਿੱਚ ਉਹ ਗਿਣੇ ਜਾਂਦੇ ਨੇ ਅੰਬਿਕਾ ਸੋਨੀ ਦੀ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨਾਲ ਬਹੁਤ ਨੇੜੇ ਦੀ ਦੋਸਤੀ ਹੈ ਅਜੇ ਮਾਕਨ ਵੀ ਉਹਨਾਂ ਦੇ ਵਿਸ਼ਵਾਸਪਾਤਰਾਂ ਚੋਂ ਮੰਨੇ ਗਏ ਨੇ ਪਰ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੇ ਦੋ ਸਾਬਕਾ ਪ੍ਰਧਾਨਾਂ ਨੂੰ ਕੱਲਿਆਂ ਜ਼ਿੰਮੇਵਾਰੀ ਦੇਣ ਦੀ ਥਾਂ ਤੇ ਦੋ ਹੋਰਾਂ ਨੂੰ ਨਾਲ ਜੋੜ ਕੇ ਆਪਣੇ ਆਪ ਨੂੰ ਵਿਵਾਦਾਂ ਵਿੱਚ ਘਿਰਨ ਤੋਂ ਬਚਾ ਲਿਆ ਪਾਰਟੀ ਵੱਲੋਂ ਪਾਇਆ ਚੋਗਾ ਦੋਵੇਂ ਨੇਤਾ ਚੁਗਦੇ ਹਨ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਨੂੰ ਵਿਰਾਮ ਜ਼ਰੂਰ ਲੱਗ ਗਿਆ ਪੰਜਾਬ ਦੀਆਂ ਆਉਣ ਦਿਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਵਾਸੀ ਪੰਜਾਬੀ ਆਨਲਾਈਨ VOTING ਕਰ ਸਕਣਗੇ ਪੰਜਾਬ ਦੇ ਮੁਖ ਚੋਣ ਕਮਿਸ਼ਨਰ ਡਾਕਟਰ ਐਸ ਕరుణਾ ਰਾਜੂ ਨੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਕੁੱਲ VOTERਾਂ ਦੀ ਗਿਣਤੀ 2 ਕਰੋੜ 9 ਲੱਖ ਹੈ 1 ਕਰੋੜ 1 ਲੱਖ ਪੋਰਸ਼ ਅਤੇ 99 ਲੱਖ ਮੈਲਾ ਵੋਟਰਸ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਲਾਇਸੈਂਸ ਇਸ ਲਈ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦੇ ਦਿੱਤੇ ਨੇ ਹੁਕਮ ਬਾਕਾਇਦਾ ਲਿਖਤੀ ਤੌਰ ਤੇ ਜਾਰੀ ਕੀਤੇ ਗਏ ਨੇ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ ਹੈ ਉਹਨਾਂ ਕਿਹਾ ਕਿ 860000 ਫਾਰਮ ਆ ਗਏ ਨੇ ਜਿਦੇ ਵਿੱਚੋਂ ਕਰੀਬ 60 ਫੀਸਦੀ ਫਾਰਮਾਂ ਦਾ ਨਿਪਟਾਰਾ ਅਸੀਂ ਕਰ ਚੁੱਕੇ ਹਾਂ ਆਉਣ ਵਾਲੀ 15 ਤਰੀਕ ਤੱਕ ਬਾਕੀ ਬਚੇ ਫਾਰਮਾਂ ਦਾ ਨਿਪਟਾਰਾ ਵੀ ਕਰ ਦਿੱਤਾ ਜਾਏਗਾ ਸਾਰੇ 117 ਹਲਕਿਆਂ ਦੇ ਵਿੱਚ ਚੋਣਾਂ ਦੀ ਤਿਆਰੀ ਹੋ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਅਧਿਕਾਰਾਂ ਨਾਲ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਜਿਨ੍ਹਾਂ ਲੋਕਾਂ ਨੇ ਪ੍ਰਸ਼ਾਸਨ ਤੇ ਪੁਲਿਸ ਤੋਂ ਲਾਇਸੈਂਸੀ ਹਥਿਆਰ ਲੈ ਕੇ ਰੱਖੇ ਨੇ ਉਹ ਆਪਣੇ ਸਬੰਧਤ ਥਾਣਿਆਂ ਜਾਂ ਫਿਰ ਅਸਲਾ ਡੀਲਰਾਂ ਦੇ ਕੋਲ ਜਮ੍ਹਾਂ ਕਰਵਾਉ ਕਰਵਾ ਦੇਣ ਇਹ ਲਾਜ਼ਮੀ ਹੈ ਅਸਲਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਹੋਵੇਗੀ ਪੁਲਿਸ ਥਾਣਿਆਂ ਕੋਲ ਅਸਲਾ ਲਾਇਸੈਂਸ ਲੈਣ ਵਾਲੇ ਲੋਕਾਂ ਦੀ ਸੂਚੀ ਰਹਿੰਦੀ ਹੈ ਤੇ ਪੁਲਿਸ ਨੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਪੰਜਾਬ 'ਚ ਚੋਣਾਂ ਤੱਕ 700 ਸੁਰੱਖਿਆ ਕੰਪਨੀਆਂ ਲਵਾਉਣ ਦੀ ਡਿਮਾਂਡ ਆਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਐਨਆਰਆਈ ਵੋਟਰਸ ਦੇ ਲਈ ਸਪੈਸ਼ਲ ਇੰਤਜ਼ਾਮ ਕਰਾਂਗੇ ਜੇਕਰ ਕੋਈ ਐਨਆਰਆਈ ਦੂਰ ਤੋਂ ਵੋਟ ਪਾਉਣ ਲਈ ਪੰਜਾਬ ਆ ਰਿਹਾ ਹੈ ਅਸੀਂ ਭਾਰਤੀ ਪਾਸਪੋਰਟ ਵਾਲੇ ਐਨਆਰਆਈਜ਼ ਨੂੰ ਵੋਟਰ ਬਣਾਉਂਦੇ ਹਾਂ ਜੋ ਕਿਸੇ ਕੰਮ ਵਾਸਤੇ ਜਿਵੇਂ ਕਿ ਪੜ੍ਹਾਈ ਵਾਸਤੇ ਬਾਹਰ ਜਾਂਦੇ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਐਨਆਰਆਈ ਵੋਟਰ ਬਣ ਜਾਣ ਤੇ ਅਸੀਂ ਉਹਨਾਂ ਲਈ ਸਪੈਸ਼ਲ ਕੈਂਪ ਲਾਵਾਂਗੇ ਆਨਲਾਈਨ ਪੋਰਟਲ ਵੀ ਲਾਇਆ ਆ ਤੇ ਆਨਲਾਈਨ voting ਕਰਵਾਵਾਂਗੇ ਸੁਮਖ ਚੋਣ ਕਮਿਸ਼ਨਰ ਦੇ ਇਸ ਬਿਆਨ ਤੋਂ ਬਾਅਦ ਜ਼ਾਹਿਰ ਤੌਰ ਤੇ ਪੰਜਾਬ ਦੀਆਂ ਸਿਆਸੀ ਤਿਰਾਂ ਹੈਗੀਆਂ ਨੇ ਜਿਹੜੀਆਂ ਉਹ ਐਨਆਰਆਈ ਵੋਟਰਾਂ ਨੂੰ ਪਰਮਾ ਖੁੱਲੇ ਐਲਾਨ ਕਰਨ ਗਿਆ ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਦਿੱਲੀ ਤੇ ਕੌਮੀ ਰਾਜਸਥਾਨੀ ਇਲਾਕਿਆਂ ਦੇ ਵਿੱਚ ਨਿਰਮਾਣ ਪਾਬੰਦੀਆਂ ਨਿਰਮਾਣ ਸਰਗਰਮੀਆਂ ਤੇ ਪਾਬੰਦੀਆਂ ਲਾਉਂਦੇ 24 ਨਵੰਬਰ ਦੇ ਹੁਕਮਾਂ ਨੂੰ ਅਸਰਹੀਨ ਬਣਾਉਣ ਦੀ ਅਪੀਲ ਕਰਦੀ ਇੱਕ ਬਿਲਡਰ ਸੰਸਥਾ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ ਉਸ ਤੇ ਫੌਰੀ ਸੁਣਵਾਈ ਕਰਨ ਤੋਂ ਨਾਂ ਕਰ ਦਿੱਤੀ ਗਈ ਹੈ 14-15 ਤਰੀਕ ਨੂੰ ਜਿੱਥੇ ਭਾਰਤ ਦੇ ਵਿੱਚ ਬੈਂਕਾਂ ਦੀ ਹੜਤਾਲ ਹੋਵੇਗੀ ਉੱਥੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ ਵੀ ਆਉਂਦੇ ਸਾਲ 23 ਤੇ 24 ਫਰਵਰੀ ਨੂੰ ਸੰਸਦ ਦੇ ਬਜਟ اجلاس ਦੇ ਮੌਕੇ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੰਦਾ ਦਿੱਤਾ ਹੈ। ਹੜਤਾਲ ਦਾ ਮੁੱਖ ਸਲੋਗਨ ਲੋਕਾਂ ਨੂੰ ਬਚਾਓ ਦੇਸ਼ ਨੂੰ ਬਚਾਓ ਹੋਵੇਗਾ ਹੜਤਾਲ ਦਾ ਸੱਦਾ ਕੇਂਦਰ ਦੀਆਂ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਕਾਮਿਆਂ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਦੇ ਖਿਲਾਫ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ 5 ਮੈਂਬਰੀ ਕਮੇਟੀ ਅਸੀਂ ਬਣਾਈ ਹੈ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਨਾਲ ਸਰਕਾਰ ਨੇ ਹਲੇ ਕੋਈ ਗੱਲਬਾਤ ਦਾ ਰਾਹ ਨਹੀਂ ਖੋਲਿਆ ਹੈ ਤੇ ਹੁਣ 7 ਦਸੰਬਰ ਨੂੰ ਅਸੀਂ ਅਹਿਮ ਮੀਟਿੰਗ ਕਰਨ ਜਾ ਰਹੇ ਹਾਂ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਏਗੀ ਉਸ ਦੇ ਵਿੱਚ ਕੋਈ ਅਗਲਾ ਫੈਸਲਾ ਕੀਤਾ ਜਾਵੇਗਾ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਸਟੇਜ ਤੋਂ ਦਿੱਲੀ ਦੀਆਂ ਸਰਹੱਦਾਂ ਦੇ ਨੇੜੇ ਵਸਦੇ ਨਾਗਰਿਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ 26 ਨਵੰਬਰ 2020 ਤੋਂ ਲੈ ਕੇ ਲਗਾਤਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਹੈ ਕਿਸਾਨਾਂ ਨੇ ਕਿਹਾ ਕਿ ਮੋਰਚੇ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸੱਤਾਧਾਰੀ ਪਾਰਟੀਆਂ ਤੇ ਮੀਡੀਆ ਨੇ ਬਹੁਤ ਪੜਕਾਇਆ ਵੀ ਪਰ ਉਹ ਸਾਡੇ ਨਾਲ ਰਹੇ ਸਾਡੀ ਮਦਦ ਕੀਤੀ ਕਿਸਾਨੀ ਸੰਘਰਸ਼ ਕਿਸਾਨ ਅੰਦੋਲਨ ਸਦਾ ਉਹਨਾਂ ਲੋਕਾਂ ਨੂੰ ਯਾਦ ਰੱਖੇਗਾ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਦਿਨ ਪਹਿਲਾਂ ਐਤਵਾਰ ਨੂੰ ਮੋਰਚੇ ਦੀ ਸਟੇਜ ਤੋਂ ਸਾਰਾ ਹਿਸਾਬ ਕਿਤਾਬ ਵੀ ਦਿੱਤਾ ਉਹਨਾਂ ਨੇ 26 ਨਵੰਬਰ ਤੋਂ ਲੈ ਕੇ 29 ਨਵੰਬਰ ਦੀ ਸ਼ਾਮ ਤੱਕ ਦਾ ਹਿਸਾਬ ਕਿਤਾਬ ਦਿੰਦਿਆਂ ਦੱਸਿਆ ਕਿ 6 ਕਰੋੜ ਦੇ ਫੰਡ ਨੇ ਜਿਹੜੇ ਉਹ ਹਾਸਲ ਹੋਏ ਨੇ ਜਿਨ੍ਹਾਂ ਵਿੱਚੋਂ 96 ਲੱਖ ਰੁਪਏ ਹਾਲੇ ਕਿਸਾਨਾਂ ਦੇ ਕੋਲ ਪਏ ਨੇ ਤੇ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਦੱਸਿਆ ਕਿ ਕਿੰਨੇ ਕਿੰਨੇ ਪੈਸੇ ਕਿਹੜੀ ਕਿਹੜੀ ਸਹੂਲਤ ਦੇ ਉੱਤੇ ਖਰਚੇ ਗਏ ਜਿਨ੍ਹਾਂ ਦੇ ਵਿੱਚ ਪਾਣੀ ਟੈਂਟ ਤਰਪਾਲਾਂ ਕੈਮਰੇ ਵਾਕੀ ਟੋਕੀ ਸੋਸ਼ਲ ਮੀਡੀਆ ਤੇ ਵੀ ਖਰਚਾ ਕੀਤਾ ਗਿਆ ਪੰਡਾਲ ਫਲੈਕਸ ਬੋਰਡ ਪੱਖੇ কুলਰ ਸਫਾਈ ਦੇ ਪ੍ਰਬੰਧ ਸਟੇਜ ਸਾਊਂਡ ਤੇ ਲਾਈਟਿੰਗ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜੇ ਖਰਚੇ ਨੇ ਉਹ ਕੀਤੇ ਗਏ ਤੇ ਹਾਲੇ 46 ਲੱਖ ਰੁਪਏ ਦੀ ਰਕਮ ਹੈ ਜਿਹੜੀ 96 ਲੱਖ ਰੁਪਏ ਦੀ ਰਕਮ ਹੈ ਜਿਹੜੀ ਉਹ ਕਿਸਾਨਾਂ ਦੇ ਕੋਲੇ ਪਈ ਹੈ ਤੇ ਕਿਸਾਨਾਂ ਨੇ ਜਿਹੜਾ ਹਿਸਾਬ ਕਿਤਾਬ ਦਿੱਤਾ ਹੈ ਉਹ ਖਾਸ ਕਰਕੇ ਮੋਰਚੇ ਦੇ ਲੀਡਰਾਂ ਨੇ ਜਿਹੜਾ ਹਿਸਾਬ ਕਿਤਾਬ ਦਿੱਤਾ ਹੈ ਇਸ ਦੇ ਵਿੱਚ ਕੋਈ ਪੇਪਰ ਨਹੀਂ ਪੇਸ਼ ਕੀਤਾ ਗਿਆ ਕੋਈ ਵੀ ਮੀਡੀਆ ਦੇ ਸਾਹਮਣੇ ਕੋਈ ਪੇਪਰ ਨਹੀਂ ਰੱਖਿਆ ਗਿਆ ਜਿਹਦੇ ਵਿੱਚ ਉਹ ਸਬੂਤ ਹੈ ਜਿਹੜੇ ਉਹ ਬਿਲਕੁਲ ਹੀ ਟਰਾਂਸਪੇਰੈਂਟ ਢੰਗ ਦੇ ਨਾਲ ਦਿਖਾਈ ਦਿੰਦੇ ਹੁਣ 6 ਕਰੋੜ 35 ਲੱਖ 83 ਹਜ਼ਾਰ ਤੇ 940 ਰੁਪਏ 29 ਨਵੰਬਰ ਸ਼ਾਮ ਤੱਕ ਮੋਰਚੇ ਕੋਲੇ ਆਏ ਸੀ ਜਿਹੜੇ ਦੇਸ਼-ਵਦੇਸ਼ ਚੋਂ ਸਾਰੇ ਵੀਰਾਂ ਦੇ ਭਰਾਵਾਂ ਦੇ ਭੈਣਾਂ ਦੇ ਸਹਿਯੋਗ ਨਾਲ ਇਸ ਮੋਰਚੇ 'ਚ ਆਇਆ ਜਿਹੜਾ ਸਟੇਜ ਨੂੰ ਮਦਦ ਜਿਹੜੀ ਆਈ 6 ਕਰੋੜ 35 ਲੱਖ 83 ਹਜ਼ਾਰ 940 ਰੁਪਏ ਇਸ ਵਿੱਚੋਂ 5 ਕਰੋੜ 39 ਲੱਖ 83 ਹਜ਼ਾਰ 940 ਰੁਪਏ ਖਰਚ ਹੋਏ ਨੇ 5 ਕਰੋੜ 39 ਲੱਖ 83 ਹਜ਼ਾਰ 940 ਰੁਪਏ ਖਰਚ ਹੋਏ ਨੇ 96 ਲੱਖ ਰੁਪਇਆ ਸ='%ਤੇ ਮੋਰਚੇ ਦੇ ਕੋਲੇ ਹੱਲੇ ਹੈਗਾ ਆ ਉਹ ਤੁਹਾਡੀ ਅਮਾਨਤ ਸ='%ਤੇ ਮੋਰਚੇ ਕੋਲੇ ਆ ਜੋ ਫੈਸਲਾ ਸ='%ਤੇ ਮੋਰਚਾ ਇਸ ਅਮਾਨਤ ਦਾ ਕਰੂਗਾ ਉਸ ਮੁਤਾਬਕ ਅੱਗੇ ਇਹ ਖਰਚ ਕੀਤੇ ਜਾਣਗੇ ਬਾਕੀ ਚੀਜ਼ਾਂ ਨੂੰ ਕਦੀ ਕੋਈ ਦੇਖਣਾ ਚਾਹੇ ਤਾਂ ਉਹ ਅਸੀਂ ਆਡਿਟ ਕਮੇਟੀ ਦੀ ਸਕਰੀਨਿੰਗ ਕਮੇਟੀ ਤੋਂ ਬਾਅਦ ਜਨਤਕ ਕਰ ਦੇਣਾ ਸਾਰਾ ਕੁਝ ਹੀ ਰੂਪਨਗਰ ਜ਼ਿਲ੍ਹੇ ਦੀਆਂ ਪੰਜਾਬ ਦੀਆਂ ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਜਿਨ੍ਹਾਂ ਨੇ ਉਸ ਦਿਨ ਕੰਗਣਾ ਰਣੌਤ ਜਿਹੜੀ ਜ਼ਹਿਰ ਉਗਲਦੀ ਹੈ ਕਿਸਾਨਾਂ ਦੇ ਲਈ ਸਿੱਖਾਂ ਦੇ ਲਈ ਉਸ ਨੂੰ ਘੇਰਿਆ ਸੀ ਮਾਫੀ ਮੰਗਵਾਈ ਸੀ ਉਹਨਾਂ ਨੇ ਹੁਣ ਕੰਗਣਾ ਦੇ ਮਾਫੀ ਮੰਗੇ ਜਾਣ ਤੋਂ ਮੁੱਕਰ ਜਾਣ ਤੋਂ ਬਾਅਦ ਫਿਰ ਚੇਤਾਵਨੀ ਦਿੱਤੀ ਹੈ ਕਿ ਕੰਗਣਾ ਹੁਣ ਪੰਜਾਬ 'ਚ ਪੈਰ ਵੀ ਧਰ ਕੇ ਦਿਖਾ ਦੇ ਹੁਣ ਜੇ ਸਾਡੇ ਅੜਿੱਕੇ ਚੜ ਗਈ ਤਾਂ ਅਸੀਂ ਲਿਖਤੀ ਮਾਫੀ ਮੰਗਾਂਗੇ ਬੀਬੀਆਂ ਨੇ ਕਿਹਾ ਕਿ ਸਾਡੇ ਸਾਹਮਣੇ ਸਾਡੇ ਮੂਹਰੇ ਉਸਨੇ ਬਾਕਾਇਦਾ ਮਾਫੀ ਮੰਗੀ ਸੀ ਤੇ ਫਿਰ ਹੱਥ ਉੱਚਾ ਕਰਕੇ ਜਕਾਰਾ ਵੀ ਲਾਇਆ ਸੀਗਾ ਤਾਂ ਉਸ ਨੂੰ ਜਾਣ ਦਿੱਤਾ ਗਿਆ ਸੀ ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਮੈਂਬਰ ਰਵਨੀਤ ਬਿੱਟੂ ਨੇ ਲੋਕ ਸਭਾ ਦੇ ਵਿੱਚ ਸਰਕਾਰ ਨੂੰ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਭਗਵੰਤ ਮਾਨ ਦੇ ਵੱਲੋਂ ਬੀਜੇਪੀ ਤੇ ਉਸ ਨੂੰ ਖਰੀਦਣ ਤੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਦੇ ਲਾਇ ਦੋਸ਼ਾਂ ਬਾਰੇ ਆਪਣੀ ਸਥਿਤੀ ਸਪਸ਼ਟ ਕਰੇ ਬਿੱਟੂ ਨੇ ਕਿਹਾ ਕਿ ਐਮਪੀ ਹੋਣ ਦੇ ਨਾਤੇ ਮਾਨ ਨੂੰ ਇਹ ਬਿਆਨ ਸਦਨ ਦੇ ਬਾਹਰ ਨਹੀਂ ਬਲਕਿ ਅੰਦਰ ਦੇਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ ਸਿਆਸੀ ਲੋਕਾਂ ਦੇ ਲਈ ਅਜਿਹੀ ਗੱਲ ਸ਼ਰਮਸਾਰ ਕਰਨ ਵਾਲੀ ਹੈ ਤੇ ਕੇਂਦਰ ਸਰਕਾਰ ਨੂੰ ਭਗਵੰਤ ਮਾਨ ਦੇ ਇਹਨਾਂ ਦੋਸ਼ਾਂ ਇਸ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਰਾਗਵ ਚੱਡਾ ਨੇ ਫਿਰ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਘੇਰਿਆ ਹੈ ਰਾਗਵ ਚੱਡਾ ਨੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸੀਐਮ ਚੰਨੀ ਖੁਦ ਰੇਤ ਦੇ ਸਭ ਤੋਂ ਵੱਡੇ ਮਾਫੀਆ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਦਾਪੁਰ ਪਿੰਡ 'ਚ ਹੋ ਰਹੀ ਨਜਾਇਜ਼ ਮਾਈਨਿੰਗ ਦੀ ਵੀਡੀਓ ਵੀ ਦਿਖਾਈ ਚੱਡਾ ਨੇ ਕਿਹਾ ਕਿ ਇੱਥੇ ਮਾਈਨਿੰਗ ਹੋ ਚੁੱਕੀ ਹੈ ਦਰਿਆ ਦਾ ਜੋ ਵਹਾਅ ਹੈ ਉਹਦੇ ਨਾਲ ਘਟੋ ਘਟ पैंती खतरा है चनी न कि इतने नजायज माइनिंग चल रही है फिर भी वह जिड़ी थान हाँ उस थानते नहीं है थावान पर जाके हो, अपने झूठे दावे करते हैं कि जिंदापुर पिंड में चल रही रेता माइनिंग सरेआम इलीगल काम हो रहा है फॉरेस्ट यानी कि जंगलात महकमे की वो जमीन है फॉरैस्ट कंजरवेशन एक्ट के अंडर वो जमीन आती है और वहाँ पर कोई रेता माइनिंग नहीं हो सकती मैंने उस दिन वहां साइट पे आपको दिखाया कि वहां पर ना कोई डिमार्केशन है ना कोई निशानदेही है सरेआम इलीगल काम हो रहा है तो मुझे चन्नी साहब कहते हैं मुझे गाली देते हैं और मुझे कहते हैं कि मुझे नहीं पता मुझे जानकारी नहीं है राघव चड्डा को कुछ नहीं पता वो साइट तो लीगल थी ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਦਫਤਰ ਖੋਲ੍ਹ ਦਿੱਤਾ ਹੈ ਉਦਘਾਟਨ ਕਰ ਲਿਆ ਇਸ ਮੌਕੇ ਕੈਪਟਨ ਨੇ ਕਿਹਾ ਕਿ ਸਾਡਾ ਦਫਤਰ ਸ਼ੁਰੂ ਹੋ ਰਿਹਾ ਹੈ ਆਗਾਮੀ ਚੋਣਾਂ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ ਦੋ ਪਾਰਟੀਆਂ ਦੇ ਨਾਲ ਸੀਟਾਂ ਸਾਂਝੀਆਂ ਕਰਨ ਨੂੰ ਲੈ ਕੇ ਸਾਡੀ ਗੱਲ ਚੱਲ ਰਹੀ ਹੈ ਕੈਪਟਨ ਨੇ ਭਾਜਪਾ ਤੇ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਹੋਣ ਦਾ ਦਾਵਾ ਵੀ ਕੀਤਾ ਹੈ ਕੈਪਟਨ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਪੱਧਰ ਤੇ ਵੀ ਗਰੁੱਪ ਬਣਾ ਰਹੇ ਹਾਂ ਸਾਰਿਆਂ ਦਾ ਮੁੱਦਾ ਇੱਕ ਹੀ ਹੈ ਪੰਜਾਬ ਜਿੱਤਣਾ ਤੇ ਪੰਜਾਬ ਜੀਤਾਂਗੇ ਸਾਡਾ ਗੱਠ ਜੋੜ ਕਿਸੇ ਨਾਲ ਮੁਕਾਬਲਾ ਨਹੀਂ ਕਰੇਗਾ ਬਲਕਿ ਅਸੀਂ ਪੰਜਾਬ ਜਿੱਤਾਂਗੇ ਦਾਵਾ ਕੀਤਾ ਹੈ ਕਿ ਸੰਯੁਕਤ ਅਕਾਲੀ ਦਲ ਤੇ ਬੀਜੇਪੀ ਦੇ ਨਾਲ ਗੱਠ ਜੋੜ ਕਰਨ ਜਾ ਰਹੇ ਹਾਂ ਪਰ ਹਾਲੇ ਵੀ ਸੁਖਦੇਵ ਸਿੰਘ ਢੀਂਡਸਾ ਪਤਾ ਨਹੀਂ ਕਿਉਂ ਮੀਸਣੇ ਬਣੇ ਹੋਏ ਨੇ ਉਹ ਹਾਲੇ ਕਹਿ ਰਹੇ ਨੇ ਕਿ ਅਸੀਂ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਸਮਝੌਤਾ ਕਰਾਂਗੇ ਕਿਉਂਕਿ ਅਮਿਤ ਸ਼ਾ ਵੀ ਕਹਿ ਚੁੱਕੇ ਨੇ ਕਿ ਅਸੀਂ ਸੁਖਦੇਵ ਸਿੰਘ ਢੀਂਸਾ ਦੀ ਪਾਰਟੀ ਨਾਲ ਜਿਹੜਾ ਗੱਠਜੋੜ ਕਰ ਰਹੇ ਹਾਂ ਪਰ ਢੀਂਸਾ ਹਾਲੇ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਸ਼ਾਇਦ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਜਿਹੜੀ ਆਪਣੀ ਚੰਗੀ ਤਸਵੀਰ ਹੈ ਉਹ ਬਣਾਉਣਾ ਚਾਹੁੰਦੇ ਨੇ ਜਾਨੀ ਉਹਨਾਂ ਇਲੈਕਸ਼ਨ ਆ ਰਹੀ ਹੈ ਵੇ ਵਿਲ ਬੇਟ ਇੱਕ ਮਾਰ ਕੋਈ ਡਾਊਟ ਹੈ ਕਿਸ ਨੇ ਮਨ ਛੋੜਾ ਜਾਏਗਾ ਕਿ ਹਸਰ ਦਿੱਤਾਗੇ ਦੇ ਕੰਬੀਨੇਸ਼ਨ ਔਰ ਸੀਟ ਅਡਜਸਟਮੈਂਟ ਬੀਜੇਪੀ ਸਿੰ사 ਸਾਹਿਬ ਵਸੀ ਰਿਵਲ ਫਾਰਮ ਦ ਨੈਕਸਟ ਗੋਵਰਨਰ ਕੈਪਟਨ ਨੇ ਵੀ ਦਾਵਾ ਕੀਤਾ ਕਿ ਸਾਡੇ ਗੱਠ ਜੋੜ ਨੂੰ ਲੋਕਾਂ ਦਾ ਪੂਰਾ ਪੂਰਾ ਸਮਰਥਨ ਮਿਲੇਗਾ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਰਕਾਰੀ ਇਸ਼ਤਿਹਾਰਾਂ ਤੇ ਨਿਸ਼ਾਨਾ ਕੱਸਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਕਾਂਗਰਸ ਦੇ ਇਸ਼ਤਿਹਾਰ ਆਉਂਦੇ ਨੇ ਤਾਂ ਮੈਨੂੰ ਹਾਸਾ ਆਉਂਦਾ ਹੈ ਇਹ ਸਾਰੇ ਹੁਣ ਡਰਾਮਾ ਕਰ ਰਹੇ ਨੇ ਇਹਨਾਂ ਨੂੰ ਪਤਾ ਹੈ ਕਿ ਕੁਝ ਵੀ ਨਹੀਂ ਹੋਣਾ ਐਲਾਨ ਕਰ ਰਹੇ ਨੇ 2 ਮਹੀਨਿਆਂ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਊਗਾ ਪਰ ਮੇਰੀ ਸਰਕਾਰ 92% ਵਾਅਦੇ ਪੂਰੇ ਕਰ ਚੁੱਕੀ ਹੈ ਕੈਪਟਨ ਨੇ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਇਲਜ਼ਾਮ ਲਾਇਆ ਸਿੱਧੂ ਬਾਰੇ ਨਾ ਬੋਲਣ ਕੈਪਟਨ ਇਹ ਹੋ ਨਹੀਂ ਸਕਦਾ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਕਹਿੰਦੇ ਪਾਕਿਸਤਾਨ ਪਹਿਲਾਂ ਸਾਡੇ ਜਵਾਨਾਂ ਤੇ ਗੋਲੀ ਚਲਾਉਣਾ ਬੰਦ ਕਰੇ ਵਪਾਰ ਫੇਰ ਹੀ ਸ਼ੁਰੂ ਹੋਣਾ ਚਾਹੀਦਾ ਤੇ ਇੱਕ ਅਹਿਮ ਖਬਰ ਤਨਖਾਹਿਆਕਰਾਰ ਦਿੱਤਾ ਗਿਆ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਤਵਾਜ਼ੀ ਜਥੇਦਾਰ ਪਾਈ ਧਿਆਨ ਸਿੰਘ ਮਾਨ ਵੱਲੋਂ ਉਸ ਬਾਰੇ ਕੈਪਟਨ ਨੇ ਕਿਹਾ ਕਿ ਅਕਾਲ ਤਖਤ ਸਾਬ ਨੂੰ 6ਵੇਂ ਗੁਰੂ ਨੇ ਬਣਾਇਆ ਸੀ ਜਿਸ ਦਾ ਬਾਕਾਇਦਾ ਜਥੇਦਾਰ ਲੱਗਿਆ ਹੋਇਆ ਹੈ ਉਹ ਕੁਝ ਬੋਲ ਸਕਦਾ ਹੈ ਮੰਡ ਕੌਣ ਹੁੰਦਾ ਹੈ ਬੋਲਣ ਵਾਲਾ ਸੋ ਇਥੇ ਲੱਗਦਾ ਹੈ ਕਿ ਕੈਪਟਨ ਮੋਰਿੰਦਰ ਸਿੰਘ ਚਲਾਕੀ ਖੇਡ ਰਹੇ ਨੇ ਕਿਉਂਕਿ ਜੇ ਉਹ ਭਾਈ ਧਿਆਨ ਸਿੰਘ ਮੰਡ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਹੀਂ ਮੰਨਦੇ ਤਾਂ ਪਿਛਲੇ ਦਿਨੀ ਉਹਨਾਂ ਨੇ ਸਪਸ਼ਟੀਕਰਨ ਵਾਲੀ ਚਿੱਠੀ ਭੇਜੀ ਕਿਉਂ ਸੀ ਹੁਣ ਜਦੋਂ ਤਨਖਾਈਆ ਕਰਾਰ ਦਿੱਤਾ ਹੈ ਤਾਂ ਉਹਨਾਂ ਨੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਤੇ ਮੋਹਰ ਲਾਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਤੇ ਅੰਤ੍ਰਿਮ ਰੋਕ ਲਾਉਣ ਤੋਂ ਪਹਿਲਾਂ ਹੀ 605 ਅਧਿਆਪਕਾਂ ਨੇ ਆਪਣੀਆਂ ਮੌਜੂਦਾ ਨੌਕਰੀਆਂ ਤੋਂ ਅਸਤੀਫਾ ਦੇ ਕੇ ਸਹਾਇਕ ਪ੍ਰੋਫੈਸਰਾਂ ਜੋ ਨੌਕਰੀ ਜੁਆਇਨ ਕਰ ਲਈ ਹੈ ਹੁਣ ਇਹਨਾਂ ਅਧਿਆਪਕਾਂ ਦਾ ਭਵਿੱਖ ਕੀ ਹੋਵੇਗਾ ਇਸ ਨੂੰ ਲੈ ਕੇ ਕਾਫੀ ਸਸਪਨਜ ਵਾਲੀ ਸਥਿਤੀ ਹੈ ਜਿਹੜੀ ਉਹ ਬਣ ਗਈ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਲੈਕਚਰਾਂ ਵਜੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਨੂੰ 5 ਅੰਕ ਵਾਧੂ ਦੇਣ ਦਾ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਹੈ ਤੇ ਗੈਰ ਸਰਕਾਰੀ ਕਾਲਜਾਂ ਵਿੱਚ ਪੜਾਉਂਦੇ ਸਹਾਇਕ ਪ੍ਰੋਫੈਸਰਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ 13 ਦਸੰਬਰ ਤੇ ਪਾ ਦਿੱਤੀ ਗਈ ਹੈ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ 7 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ਦੇ ਵਿੱਚ ਸੂਬਾ ਪੱਧਰੀ ਰੈਲ ਕਰਨ ਦਾ ਐਲਾਨ ਕਰ ਦਿੱਤਾ ਹੈ ਹੱਲਾ ਬੋਲ ਰੈਲੀ ਦੇ ਵਿੱਚ ਪੰਜਾਬ ਦੇ ਪੂਰੇ ਸੂਬੇ ਦੇ ਕੰਪਿਊਟਰ ਅਧਿਆਪਕ ਪਹੁੰਚਣਗੇ ਮੁੱਖ ਮੰਤਰੀ ਦੀ ਰਿਹਾਈਸ਼ ਦਾ ਕਿਰਾਇਓ ਕਰਨਗੇ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਰੂਲਸ ਦੇ ਮੁਤਾਬਿਕ ਮਿਲਣ ਵਾਲੀਆਂ ਸਹੂਲਤਾਂ ਜਿਵੇਂ 6ਵੇਂ ਤਨਖਾਹ ਕਮਿਸ਼ਨ ਇਨ ਟਰਮ ਰਿਲੀਫ, ACP, ਲੀਵਨ ਕੈਸ਼ਮੈਂਟ, ਮੈਡੀਕਲ, ਛੁੱਟੀਆਂ, CPF ਆਦੋ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਤੇ ਪਿਛਲੇ ਸਾਲਾਂ ਦੌਰਾਨ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਉਹਨਾਂ ਦੇ ਪਰਿਵਾਰ ਵੀ ਰੁੱਲ ਰਹੇ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਾਕਿਸਤਾਨ ਦੇ ਨਾਲ ਵਪਾਰ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ। ਉਹਨਾਂ ਕਿਹਾ ਕਿ ਜੇ ਪਾਣੀ ਰਾਹੀਂ ਵਪਾਰ ਹੋ ਸਕਦਾ ਹੈ ਤਾਂ ਸੜ ਕਿਉਂ ਨਹੀਂ ਉਹਨਾਂ ਕਹੇ ਕਿ ਵਪਾਰ ਦੇ ਵਿੱਚ ਰਾਜਨੀਤੀ ਨਾ ਲਿਆਂਦੀ ਜਾਵੇ ਵਪਾਰ ਖੋਲਣ ਦੇ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਾਂਗੇ ਤੇ ਮੁਲਾਕਾਤ ਕਰਨ ਦੀ ਮੰਗ ਵੀ ਕਰਾਂਗੇ ਮੁੱਖ ਮੰਤਰੀ ਅੰਮ੍ਰਿਤਸਰ ਪਹੁੰਚੇ ਹੋਏ ਸੀ ਵਪਾਰੀਆਂ ਨੂੰ ਸੰਬੋਧਨ ਕਰ ਰਹੇ ਸੀ ਤੇ ਇੱਥੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ ਮੁੱਖ ਮੰਤਰੀ ਨੇ ਵਪਾਰੀਆਂ ਵਾਸਤੇ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਸਿੰਗਲ ਵਿੰਡੋ ਸਿਸਟਮ ਨੂੰ ਮਜ਼ਬੂਤ ਕੀਤਾ ਜਾਏਗਾ ਸਿੰਗਲ ਵਿੰਡੋ ਸਿਸਟਮ ਤੇ ਇੱਕ ਅਜਿਹੇ ਸਮਰੱਥ ਆਈਐਸ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਜਿਹੜਾ ਸਾਰੇ ਵਿਭਾਗਾਂ ਤੋਂ ਜਾਣਕਾਰੀ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰ ਸਕੇ ਉਹਨਾਂ ਨੇ ਫੇਸਲੈਸ ਸਿਸਟਮ ਦੀ ਸ਼ੁਰੂਆਤ ਕਰਨ ਵੱਲ ਵੀ ਇਸ਼ਾਰਾ ਕੀਤਾ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਤੋਂ ਬਾਅਦ ਹੁਣ ਸੰਤਕਾਰਾਂ ਨੂੰ ਵੀ ਪਰਮਾਉਣ ਦੇ ਲਈ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਰਹਾਇਸ਼ੀ ਖੇਤਰ ਦੀ ਬਿਜਲੀ ਸਸਤੀ ਕਰਨ ਤੋਂ ਬਾਅਦ ਕਹਿੰਦੇ ਅਸੀਂ ਸੰਤ ਨੂੰ ਵੀ ਘੱਟ ਦਰਾਂ ਤੇ ਬਿਜਲੀ ਦੇਣ ਦੇ ਲਈ ਵੱਧਾ ਪ੍ਰੈਸ ਕਾਨਫਰੰਸ ਦੇ ਅਖੀਰ ਦੇ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਮੁੱਖ ਮੰਤਰੀ ਚੰਨੀ ਨੂੰ ਬਹੁਤ ਵਧੀਆ ਬਹੁਤ ਵਧੀਆ ਕਹਿ ਕੇ ਸ਼ਾਬਾਸ਼ ਦਿੱਤੀ। ਉਦੋਂ ਭਾਜਪਾ ਪਾਰਟੀ ਦੇ ਹਮਲਿਆਂ ਦੇ ਝੰਬੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਬੱਡੀ ਖਿਡਾਰੀਆਂ ਦੇ ਰੂਬਰੂ ਹੋਏ ਮੁਸ਼ਕਲਾਂ ਸੁਣੀਆਂ ਤੇ ਸ਼੍ਰੋਮਣੀ ਅਕਾਲੀ ਦਲ ਵਾਜਨ ਸਮਾਜ ਪਾਰਟੀ ਗਾਠਜੋੜ ਦੀ ਸਰਕਾਰ 'ਉਂ' ਤੇ ਸਾਰੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਸੁਖਬੀਰ ਨੇ ਐਲਾਨ ਕੀਤਾ ਕਿ ਸਰਕਾਰ 'ਉਂ' ਤੇ ਅਸੀਂ ਫਿਰ ਤੋਂ ਵਿਸ਼ਵ ਕਬੱਡੀ ਕੱਪ ਕਰਵਾਵਾਂਗੇ। ਪਹਿਲਾ ਇਨਾਮ 5 ਕਰੋੜ ਰੱਖਿਆ ਜਾਵੇ ਗਾਇਸ ਦੇ ਨਾਲ ਪੰਜਾਬ ਕਬੱਡੀ ਕੱਪ ਵੀ ਕਰਵਾਵਾਂਗੇ ਜ਼ਿਲ੍ਹਾ ਪੱਦਰ ਦੇ ਖਿਡਾਰੀ ਚੁਣ ਕੇ ਟੀਮਾਂ ਦੇ ਨਾਲ ਖੇਡਣਗੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹੀ ਖਿਡਾਰੀ ਚੁਣ ਕੇ ਕਬੱਡੀ ਲੀਗ ਵੀ ਕਰਵਾਈ ਜਾਵੇਗੀ ਤਾਂ ਜੋ ਪੰਜਾਬ ਦੀ ਖੇਡ ਕਬੱਡੀ ਦੁਨੀਆ ਦੇ ਨਕਸ਼ੇ ਤੇ ਪਹਿਲਾਂ ਦੀ ਤਰ੍ਹਾਂ ਸਾਹਮਣੇ ਆਵੇ ਮੇਰਾ ਪਲਾਨ ਸੀ ਕਿ ਹਰ ਡਿਸਟ੍ਰਿਕਟ ਇੱਕ ਸਪੋਰਟਸ ਸਕੂਲ ਖੋਲਿਆ ਜਾਏ ਕਿ ਟੈਲੈਂਟ ਥੱਲੋਂ ਆਏ ਪਰ ਪਿਛਲੇ 5 ਸਾਲਾਂ ਦੇ ਨਾਲ ਕੋਈ ਕੰਦੀ ਕਰਦੇ ਸਾਰੇ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਕਿ ਇਹ ਗੇਮ ਚੱਲੇ ਮੈਂ ਐਸੈਂਬਲੀ 'ਚ ਵੀ ਰੋਣਾ ਪਿਆ ਸੀ ਪਲੀਹੋੜਾ ਮਗੇ वर्ल्ड कप ਰਾਏ ਕਰੋ ਘੱਟ ਤੋਂ ਘੱਟ ਹੌਸਲਾ ਤਾਂ ਮਿਲੇ ਪਰ ਇਹ ਨੀਅਤ ਹੀ ਨਹੀਂ ਇਹਨਾਂ ਦੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਪੰਜਾਬ 'ਚ ਪਰ ਇਹਨਾਂ ਦੀ ਕੋਈ ਨੀਅਤ ਨਹੀਂ ਹੈ ਤੋਂ ਇਸ ਕਰਕੇ ਖਾਸ ਕਰਕੇ ਕਬੱਡੀ ਨੂੰ ਤਾਂ ਮੈਂ ਦਿਲੋਂ ਲਗਾ ਹੈ ਤੁਸੀਂ ਦੇਖੋਗੇ ਥੋੜਾ ਇੱਕ ਆਰਗੇਨਾਈਜ਼ ਸੈਕਟਰ ਬਣਾਵਾਂਗੇ ਥੋੜਾ ਜਿਵੇਂ ਨਾ ਹਾਲੇ ਤੱਕ ਸਾਰਾ ਕੁਝ ਬਿ ਸਾਰਗੇਨਾਈਜ਼ ਹੈ ਉਹ ਵੇ ਪੂਰਾ ਸਟੇਟ ਦੇ ਰੂਲਸ ਲਾ ਕੇ ਐਗਨੈਸ ਕਰਕੇ ਤੋਂ ਹਰ ਪਲੇਅਰ ਨੂੰ ਪਤਾ ਹੋਊਗਾ ਕਿ ਅੱਜ ਮੈਂ ਸੀ ਕੈਟਿਗਰੀ ਦਾ ਪਲੇਅਰ ਹੈ ਮੈਂ ਬੀਚ ਜਾ ਸਕਦਾ ਬੀਚ ਮੈਂ ਇਹ ਜਾ ਸਕਦਾ ਏਜ ਮੈਂ ਰਟਾਇਰ ਤੇ ਮੈਨੂੰ ਕੋਚਿੰਗ ਦੀ ਵੀ ਬਣੀ ਜੌਬ ਮਿਲੂਗੀ ਇੱਕ ਸਿਸਟਮ ਰੂਲਸ ਬਣਾਵਾਂਗੇ ਜਿਹੜੇ ਟਾਪ ਪਲੇਅਰਸ ਹੋਣਗੇ ਆਪਾਂ ਨੂੰ ਕਿੰਨੇ ਪਰਸੈਂਟ ਜਿੰਨੀਆਂ ਜੌਬ ਨਿਕਲੀਆਂ ਉਹਦੇ ਚ ਐਨੇ ਪਰਸੈਂਟ ਰਿਜ਼ਰਵੇਸ਼ਨ ਸਪੋਰਟ ਤੇ ਕੀਤੀ ਜਾਊਗੀ ਜਿੱਥੇ ਕਬੱਡੀ ਰੱਖਣਾ ਇਸ ਸਪੋਰਟ ਪਹਿਲੇ ਨਹੀਂ ਸੀ ਉਹ ਤਾਂ ਮੈਂ ਕੀਤੀ ਜੀ ਉਹਨਾਂ ਰੱਖਣਾ ਇਸ ਸਪੋਰਟ ਕਰਕੇ ਤੋਂ ਐਸ ਕਰਕੇ ਤੁਹਾਨੂੰ ਪਤਾ ਮੈਂ ਜੋ ਕਹਿਣਾ ਦਿਨੋ ਕਹਿਣਾ ਗੱਲ ਹੁਣ ਮੌਸਮ ਦੀ ਕਰ ਲੈਨੇ ਆ ਮੌਸਮ ਵਿਭਾਗ ਦੇ ਮੁਤਾਬਕ ਜੰਮੂ ਕਸ਼ਮੀਰ ਸਮੇਤ ਹੋਰ ਪਹਾੜੀ ਇਲਾਕਿਆਂ ਵਿੱਚ ਅਗਲੇ 2 ਦਿਨਾਂ ਤੱਕ ਹਲਕਾ ਮੀਂਹ ਤੇ ਭਾਰੀ ਬਰਫਬਾਰਿ ਹੋਵੇਗੀ ਐਨਾ ਹੀ ਨਹੀਂ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦਾ ਅੰਦਾਜ਼ਾ ਮੀਂਹ ਦਾ ਅਨੁਮਾਨ ਦਿੱਤਾ ਗਿਆ ਹੈ ਤੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹੁਣ ਹੱਡ ਕੰਬਾਉਣ ਵਾਲਾ ਸਿਆਲ ਸ਼ੁਰੂ ਹੋਣ ਦੇ ਅਨੁਮਾਨ ਨੇ ਜਿਹੜੇ ਮੌਸਮ ਵਿਭਾਗ ਨੇ ਦਿੱਤੇ ਨੇ ਹਾਲਾਂਕਿ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਥੇ ਠੰਡ ਉਹਨੇ ਕਿੜਾਕੇ ਦੀ ਨਹੀਂ ਪੈ ਰਹੀ ਜਿੰਨੀ ਦਸੰਬਰ ਦੇ ਵਿੱਚ ਪੈਂਦੀ ਹੁੰਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਬਰਫਵਾਰੀ ਤੋਂ ਬਾਅਦ ਘੱਟੋ-ਘੱਟ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਸੋਮਵਾਰ ਸ਼ਾਮ ਨਵੀਂ ਬਰਫਵਾਰੀ ਦਾ ਅੰਦਾਜ਼ਾ ਦਿੱਤਾ ਗਿਆ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ 2 ਤੋਂ 3 ਇੰਚ ਤੱਕ ਜਦਕਿ ਉਚਾਈ ਵਾਲੇ ਇਲਾਕਿਆਂ ਵਿੱਚ 6 ਤੋਂ 7 ਇੰਚ ਬਰਫਵਾਰੀ ਦੇ ਅਸਾਰ ਨੇ ਐਤਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ ਵੀ ਹੈਗਾ ਤੇ ਮੀਂਹ ਤੋਂ ਬਾਅਦ ਠੰਡ ਹੈ ਜਿਹੜੀ ਉਹ ਥੋੜੀ ਜੀ ਵੱਧ ਗਈ ਹੈ ਸ਼ਿਮਲਾ ਦੇ ਕੁਫਰੀ ਤੇ ਨਾਰਕੰਡਾ ਦੇ ਵਿੱਚ ਸੀਜ਼ਨ ਦੀ ਪਹਿਲੀ ਹਲਕੀ ਬਰਫਬਾਰੀ ਹੋਈ ਸ਼ਿਮਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਹਲਕੀ ਬਰਫਬਾਰੀ ਕਰਕੇ ਕੁਫਰੀ ਤੇ ਸ਼ਰਾਬੜਾ ਦੇ ਵਿੱਚ ਸੜਕਾਂ ਤੇ ਤਿਲਕਣ ਹੋ ਗਈ ਹੈ ਤੇ ਸ਼ਿਮਲਾ ਪੁਲਿਸ ਨੇ ਰਾਗੀਰਾਂ ਨੂੰ ਸੜਕ ਤੇ ਵਾਹਨ ਚਲਾਉਣ ਮੌਕੇ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ ਕਿਨੌਰ ਜ਼ਿਲ੍ਹੇ ਦੇ ਚਿਤਕੁਲ ਸੰਗਲਾ ਤੇ ਕਲਪਾ ਜਿਹੇ ਸਲਾਨੀ ਕੇਂਦਰਾਂ ਤੇ ਵੀ ਮੀ ਪਿਆ ਹੈ ਬਰਫ ਪਈ ਹੈ ਦੂਰ ਦੁਰਾਡੇ ਦੇ ਦੋ ਦੜਾ ਕਵਾਰ ਤੇ ਚੌਪਾਲ ਦੇ ਵਿੱਚ 30 ਸੈਂਟੀਮੀਟਰ ਤੇ 6 ਸੈਂਟੀਮੀਟਰ ਬਰਫ ਹੈ ਜਿਹੜੀ ਉਹ ਪਈ ਹੈ ਰੋਤਾਂਗ ਪਾਸ ਤੇ ਅਟਲ ਟਨਲ ਤੇ ਵੀ ਜਿਹੜੀ ਸਨੋਫਾਲ ਹੋਈ ਹੈ ਕਿਲੌਂਗ ਤੇ ਲਾਹੌਲ ਸਪੀਤੀ ਦੇ ਵਿੱਚ ਵੀ ਬਰਫਬਾਰੀ ਦੀਆਂ ਖਬਰਾਂ ਨੇ ਤੇ ਆਮ ਜਨਜੀਵਨ ਤੇ ਅਸਰ ਜ਼ਰੂਰ ਪੈਂਦਾ ਹੈ ਤੋਂ ਕਿਤੇ ਵੀ ਬਰਫਬਾਰੀ ਹੁੰਦੀ ਹੈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਦੇ ਲਈ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਲਾਇਆ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਨੇ ਮੰਗ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਬੇਗੁਨਾਹਾਂ ਦੇ ਕਤਲband ਕੀਤੇ ਜਾਣ ਉਹਨਾਂ ਕਿਹਾ ਕਿ ਕੌਮੀ ਰਾਸ਼ਟਰੀ ਵਿਸ਼ਤ ਧਰਨਾ ਇਸ ਕਰਕੇ ਲਾਇਆ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਮੈਨੂੰ ਆਪਣਾ ਰੋਸ ਦਰਜ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ ਜਦੋਂ ਵੀ ਮੈਂ ਕੋਈ ਧਰਨਾ ਵਿਉਂਤਦੀ ਸੀ ਤਾਂ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਸੀ ਜਾਂ ਫਿਰ ਹਰ ਵਾਰੀ ਪੁਲਿਸ ਚੱਕ ਕੇ ਲੈ ਜਾਂਦੀ ਸੀ ਜੰਤਰ ਮੰਤਰ ਤਰਨੇ ਮੌਕੇ ਮੁਫਤੀ ਦੇ ਨਾਲ ਹੋਰ ਪੀਡੀਪੀ ਵਰਕਰ ਵੀ ਮੌਜੂਦ ਸਨ ਤਰਨੇ ਦੌਰਾਨ ਜਦੋਂ ਫੋਟੋ ਪੱਤਰਕਾਰਾਂ ਨੇ ਮਹਿਬੂਬਾ ਮੁਫਤੀ ਨੂੰ ਤਸਵੀਰ ਖਿੱਚਵਾਉਣ ਦੇ ਲਈ ਮਾਸਕ ਲਾਉਣ ਨੂੰ ਕਿਹਾ ਤਾਂ ਉਹਨਾਂ ਨੇ ਹਲਕੀ ਮੁਸਕਾਨ ਦਿੰਦਿਆਂ ਕਿਹਾ ਕਿ ਜੇ ਮੈਂ ਮਾਸਕ ਲਾਇਆ ਤਾਂ ਮੇਰੇ ਖਿਲਾਫ ਫੌਰੀ ਯੂਏਪੀਏ ਕੇਸ ਤਹਿਤ ਕੇਸ ਦਰਜ ਹੋ ਸਕਦਾ ਹੈ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਵੀ ਸੰਸਦ ਟੀਵੀ ਦੇ ਇੱਕ ਟਾਕ ਸ਼ੋਅ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸ਼ਸ਼ੀ ਥਰੂਰ ਦੂਜੇ ਸਾਂਸਦ ਨੇ ਜਿਨ੍ਹਾਂ ਨੇ ਅ지ਹਾ ਕੀਤਾ ਹੈ ਇਸ ਤੋਂ ਪਹਿਲਾਂ ਸ਼ਿਵ ਸੇਨਾ ਦੀ ਲੀਡਰ ਪ੍ਰਿਆੰਕਾ ਚਤਰਵੇਦੀ ਇੱਕ ਪ੍ਰੋਗਰਾਮ ਛੱਡ ਚੁੱਕੀ ਹੈ ਦੋਵੇਂ ਲੀਡਰਾਂ ਨੇ ਰਾਜ ਸਭਾ ਦੇ 12 ਸੰਸਦਾਂ ਨੂੰ ਮੌਤਲ ਕੀਤੇ ਜਾਣ ਦੇ ਵਿਰੋਧ ਵਿੱਚ ਇੱਕ ਕਦਮ ਚੁੱਕਿਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿਆਲਕੋਟ ਦੇ ਉਸ ਫੈਕਟਰੀ ਕਰਮਚਾਰੀ ਨੂੰ ਤਮਗਾ ਐ ਸ਼ੁਜਾਤ ਸਨਮਾਨ ਦੇਣ ਦਾ ਐਲਾਨ ਕੀਤਾ ਹੈ ਜਿਸ ਨੇ ਸ਼ੁੱਕਰਵਾਰ ਨੂੰ ਸ਼੍ਰੀਲੰਕਾਈ ਨਾਗਰਿਕ ਪ੍ਰਿਆੰਥਾ ਦੇ ਆਵਦਾਨਾ ਨੂੰ ਭੀੜ ਢੋ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪ੍ਰਿਆੰਥਾ ਨੂੰ ਭੀੜ ਖਿੱਚ ਕੇ ਲੈ ਗਈ ਸੀ ਕੁੱਟ-ਕੁੱਟ ਕੇ ਉਸਨੂੰ ਮਾਰ ਦਿੱਤਾ ਸੀ ਤੇ ਫਿਰ ਉਸਦੀ ਲਾਸ਼ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਸਭ ਦੇ ਸਾਹਮਣੇ ਐਤਵਾਰ ਨੂੰ ਪ੍ਰਧਾਨ ਮੰਤਰੀ ইমরান ਖਾਨ ਨੇ ਮਲਿਕ ਅਦਨਾਮ ਅਦਨਾਨ ਨਾਮ ਦੇ ਇਸ ਸ਼ਖਸ ਨੂੰ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਪਰਦਾਨ ਮੰਤਰੀ ਨੇ ਟਵੀਟ ਕੀਤਾ ਹੈ ਕਿ ਦੇਸ਼ ਵੱਲੋਂ ਮੈਂ ਮਲਿਕ ਅਦਨਾਨ ਦੇ ਨੈਤਿਕ ਸਾਹਸ ਤੇ ਬਹਾਦਰੀ ਨੂੰ ਸਲਾਮ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਿਆਲਕੋਟ ਵਿੱਚ ਭੜਕੀ ਭੀੜ ਤੋਂ ਪ੍ਰਯੰਥਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਨੇ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਸਰੀਰਕ ਰੂਪ ਤੋਂ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ। ਅਸੀਂ ਉਸ ਨੂੰ ਤਮਗਾ ਇਹ ਸ਼ੂਜਾਤ ਪੁਰਸਕਾਰ ਦੇਵਾਂਗੇ। ਦਰਅਸਲ ਪਾਕਿਸਤਾਨ ਦੇ ਰਾਜਕੋ ਇੰਡਸਟਰੀਜ਼ ਦੇ ਵਿੱਚ ਪ੍ਰੋਡਕਸ਼ਨ ਮੈਨੇਜਰ ਮਲਿਕ ਅਦਨਾਨ ਦਾ ਪ੍ਰਯੰਥਾ ਨੂੰ ਬਚਾਉਣ ਦਾ ਵੀਡੀਓ ਵਾਇਰਲ ਹੋਇਆ ਸ਼ਨੀਵਾਰ ਨੂੰ ਇਸ ਵੀਡੀਓ ਦੇ ਵਿੱਚ ਇੱਕ ਭੀੜ ਭੜਕੀ ਹੋਈ ਫੈਕਟਰੀ ਦੇ ਮੈਨੇਜਰ ਪ੍ਰਯੰਥਾ ਤੇ ਟੁੱਟ ਪਈ ਸੀ ਪਰ ਲਾਲ ਸਵੈਟਰ ਪਹਿਨੇ ਇਕੱਲਾ ਇੱਕ ਸ਼ਖਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਅਦਨਾਨ ਭੀੜ ਨੂੰ ਬੇਨਤੀ ਵੀ ਕਰ ਰਿਹਾ ਸੀ ਪ੍ਰਿਆੰਥਾ ਨੂੰ ਹਮਲਿਆਂ ਤੋਂ ਆਪਣੇ ਸਿਰ ਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸ਼੍ਰੀਲੰਕੇਈ ਨਾਗਰਿਕ ਅਦਨਾਨ ਦੇ ਪੈਰਾਂ ਨਾਲ ਚਿਪਕੇ ਹੋਏ ਸੀ ਤੇ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪ੍ਰਿਆੰਥਾ ਨੂੰ ਨਹੀਂ ਬਚਾਇਆ ਜਾ ਸਕਿਆ ਸੋ ਜਿੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੱਡਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ ਉੱਥੇ ਪਾਕਿਸਤਾਨ ਦੇ ਰੱਖਿਆ ਮੰਤਰੀ پرویز ਖੱਟਕ ਨੇ ਇਸ ਘਟਨਾ ਨੂੰ ਲੈ ਕੇ ਕਿਹਾ ਲਿੰਚਿੰਗ ਨੂੰ ਲੈ ਕੇ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਵਾਨ ਮੁੰਡੇ ਸੀ ਉਹ ਜੋਸ਼ ਵਿੱਚ ਆ ਗਏ ਤੇ ਹਾਦਸਾ ਹੋ ਗਿਆ ਮੈਂ ਵੀ ਜੋਸ਼ ਵਿੱਚ ਆ ਕੇ ਕੁਝ ਗਲਤ ਕਰ ਸਕਦਾ ਯਾਨੀ ਕਿ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੀ ਸ਼ਰਮਨਾਕ ਬਿਆਨ ਇਸ ਨੂੰ ਕਿਹਾ ਜਾ ਸਕਦਾ ਹੈ ਤੇ ਪਾਕਿਸਤਾਨ ਦੇ ਵਿੱਚ ਵਾਪਰੀ ਇਸ ਸੰਬੰਧ ਭਾਗੀ ਘਟਨਾ ਦੇ ਵਿਰੋਧ ਵਿੱਚ ਪਾਕਿਸਤਾਨ ਚ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਰੇ ਵੀ ਹੋ ਰਹੇ ਨੇ ਸ਼੍ਰੀਲੰਕਾ ਦੇ ਇਸ ਨਾਗਰਿਕ ਮੈਨੇਜਰ ਪ੍ਰਿਆੰਥਾ ਦਾ ਜਿਹੜਾ ਦੋਸ਼ ਉਹ ਸਿਰਫ ਇੰਨਾ ਸੀ ਕਿ ਉਹਨਾਂ ਨੇ ਫੈਕਟਰੀ ਦੇ ਵਿੱਚੋਂ ਧਾਰਮਿਕ ਸਲੋਗਨ ਹਟਾਉਣ ਦੀ ਸਲਾਹ ਦਿੱਤੀ ਸੀ ਉਸ ਤੋਂ ਬਾਅਦ ਭੀੜ ਭੜਕ ਗਈ ਤੇ ਇਸ ਕੰਪਨੀ ਫੈਕਟਰੀ ਦੀ ਛੱਤ ਤੇ ਲਿਜਾ ਕੇ ਪ੍ਰਿਆੰਥਾ ਨੂੰ ਕੁੱਟ-ਕੁੱਟ ਕੇ ਮਾਰਿਆ ਇੰਨਾ ਕੁੱਟਿਆ ਕਿ ਉਸ ਨੂੰ ਛੱਤ ਤੋਂ ਥੱਲੇ ਵੀ ਸੁੱਟ ਦਿੱਤਾ ਸੀ ਐਨਮਾਰ ਤੋਂ ਵੱਡੀ ਖਬਰ ਹੈ ਜਿੱਥੇ ਵਿਸ਼ੇਸ਼ ਅਦਾਲਤ ਨੇ ਦੇਸ਼ ਦੀ ਗੱਦੀਆਂ ਲਾਹੀ ਆਗੂ ਆਂਗਸਾਂ ਸੁੱਕੀ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਤੇ ਲੋਕਾਂ ਨੂੰ ਢਕਾਉਣ ਦੇ ਜੁਰਮ ਵਿੱਚ 4 ਸਾਲ ਕੈਦ ਦੀ ਸਜਾ ਸੁਣਾ ਦਿੱਤੀ ਗਈ ਹੈ ਮਿਆਂਮਾਰ ਦੇ ਫੌਜੀ ਸ਼ਾਸਕਾਂ ਨੇ ਇਸ ਸਾਲ 1 ਫਰਵਰੀ ਨੂੰ ਯਾਨੀ ਕਿ 1 ਫਰਵਰੀ 2021 ਨੂੰ ਨੋਬਲ ਪੁਰਸਕਾਰ ਜੇਤੂ ਆਂਗ ਸੰਗ ਸੁਕੀ ਦੀ ਨੈਸ਼ਨਲ ਲੀਗ ਫॉर ਡੈਮੋਕ੍ਰੇਸੀ ਪਾਰਟੀ ਨੂੰ ਸੱਤਾ ਤੋਂ ਲਾਂਬੇ ਕਰ ਦਿੱਤਾ ਸੀ ਤੇ ਮਿਆਂਮਾਰ ਦੇ ਉੱਤੇ ਕਬਜ਼ਾ ਕਰ ਲਿਆ ਸੀ ਸੋ ਬੜੀ ਹੈਰਾਨੀ ਦੀ ਗੱਲ ਹੈ ਜਾਂ ਆਪਾਂ ਕਹਿ ਦਿੰਨੇ ਆ ਕਿ ਸਮੇਂ ਦਾ ਗੇੜ ਹੁੰਦਾ ਕਿ ਅੰਗਸਾਨਸੂ ਕੀ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਤਾਕਤਵਰ ਲੀਡਰ ਦੇ ਵਜੋਂ ਜਾਣੀ ਜਾਂਦੀ ਸੀ ਉਹ ਇੱਕ ਸਾਲ ਤੋਂ ਲਗਾਤਾਰ ਹਿਰਾਸਤ ਦੇ ਵਿੱਚ ਹੈ ਤੇ ਹੁਣ ਉਸ ਨੂੰ 4 ਸਾਲ ਦੇ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਮਰੀਕਾ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਸਾਂਸਦ ਨੂੰ ਆਪਣੀ ਇੱਕ ਹਥਿਆਰਾਂ ਵਾਲੀ ਤਸਵੀਰ ਨੂੰ ਲੈ ਕੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤਸਵੀਰ ਦੇ ਵਿੱਚ ਐਮਪੀ ਤੇ ਉਸ ਦਾ ਪਰਿਵਾਰ ਕਿਸੇ ਫੌਜ ਦੀ ਤਰ੍ਹਾਂ ਫੌਜੀਆਂ ਦੀ ਪਲਟਨ ਦੀ ਤਰ੍ਹਾਂ ਬੰਦੂਕਾਂ ਲੈ ਕੇ ਖੜੇ ਨੇ ਇੱਕ ਇੱਕ ਮੈਂਬਰ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਹੈ ਇਹ ਤਸਵੀਰ ਇੱਕ ਸਕੂਲ ਵਿੱਚ ਹੋਈ ਇੱਕ ਫਾਇਰਿੰਗ ਦੇ ਅਗਲੇ ਦਿਨ ਪਾਈ ਗਈ ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਕੈਂਟਕੀ ਦੇ ਸੰਸਦ ਥਾਮਸ ਮੈਸੀ ਨੇ ਫੋਟੋ ਟਵੀਟ ਕਰਦੇ ਹੋਏ ਲਿਖਿਆ ਸੀ ਮੈਰੀ ਕ੍ਰਿਸਮਸ ਸੰਟਾ ਕਿਰਪਾ ਕਰਕੇ ਹਥਿਆਰ ਲੈ ਕੇ ਆਇਓ ਇਹ ਤਸਵੀਰ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਫਾਇਰਿੰਗ ਦੀਆਂ ਘਟਨਾਵਾਂ ਦੇ ਵਿੱਚ ਜ਼ਖਮੀ ਹੋਏ ਪਰਿਵਾਰਾਂ ਤੇ ਡੈਮੋਕ੍ਰੈਟਿਕ ਦੇ ਰਿਪਬਲਿਕਨ ਲੀਡਰਾਂ ਨੇ ਇਸ ਤਸਵੀਰ ਦੀ ਤਿੱਖੀ ਆਲੋਚਨਾ ਕੀਤੀ ਫੋਟੋ ਤੇ ਵੱਡੇ ਵਿਵਾਦ ਨੂੰ ਦੇਖਦੇ ਹੋਏ ਥਾਮਸ ਮੈਸੀ ਨੇ ਵਿਦੇਸ਼ ਵਿੱਚ ਵਿਦੇਸ਼ਾਂ ਵਿੱਚੋਂ ਆਏ ਸੰਦੇਸ਼ਾਂ ਨੂੰ ਰੀਟਵੀਟ ਕੀਤਾ ਜਿਹੜੇ ਆਪਦੇ ਸਮਰਥਨ ਦੇ ਵਿੱਚ ਆਏ ਉਹਦੇ ਮੈਸੇਜ ਸੀਗੇ ਉਹਨਾਂ ਨੂੰ ਰੀਟਵੀਟ ਕੀਤਾ ਇਸ ਫੋਟੋ ਨੂੰ ਲੈ ਕੇ ਲੋਕ ਇਸ ਕਰਕੇ ਭੜਕ ਉਠੇ ਕਿਉਂਕਿ ਫੋਟੋ ਪਾਉਣ ਤੋਂ ਇੱਕ ਦਿਨ ਪਹਿਲਾਂ ਹੀ ਮਿਸ਼ੀਗਨ ਦੇ ਇੱਕ ਸਕੂਲ ਦੇ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਸੀ ਜਿਸ ਵਿੱਚ 4 ਬੱਚੇ ਮਾਰ ਦਿੱਤੇ ਗਏ ਸੀ 7 ਜਣੇ ਜ਼ਖਮੀ ਹੋ ਗਏ ਸੀ ਕੈਨੇਡਾ ਤੋਂ ਪੰਜਾਬੀਆਂ ਦੀ ਬੱਲੇ ਬੱਲੇ ਨਾਲ ਜੁੜੀ ਖਬਰ ਹੈ ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ ਦੇ ਵਿੱਚ ਰੂਬੀ ਸਹੋਤਾ ਸਣੇ ਕਈ ਪੰਜਾਬੀ ਐਮਪੀਜ਼ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕਰਦਿਆਂ ਕਿਹਾ ਕਿ ਰੂਬੀ ਸਹੋਤਾ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਡਿਪਟੀ ਗਵਰਨਮੈਂਟ ਵਿਪ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦਕਿ ਮਨਿੰਦਰ ਸਿੰਘ ਸਿੱਧੂ ਗੈਰੀ ਆਨੰਦ ਸੰਗਰੀ ਯਾਸਿਰ ਨਕਵੀ ਤੇ ਆਰਿਫ ਵਿਰਾਨੀ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ ਜੇ ਵੀ ਤੁਹਾਨੂੰ ਦੱਸ ਦਿੰਦੇ ਆ ਜ਼ਰੂਰੀ ਖਬਰ ਯਾਤਰਾ ਦੇ ਨਾਲ ਜੁੜੀ ਹੋਈ ਕਿ ਕੈਨੇਡਾ ਦੇ ਸਭ ਏਅਰਪੋਰਟ ਤੇ 6 ਦਸੰਬਰ ਤੋਂ ਟੈਸਟ ਸ਼ੁਰੂ ਕਰ ਦਿੱਤੇ ਗਏ ਨੇ ਇਸ ਟੈਸਟ ਤੋਂ ਅਮਰੀਕਾ ਦੇ ਪੱਕੇ ਵਾਸੀਆਂ ਨੂੰ ਛੋਟ ਹੈ ਬਾਕੀ ਸਾਰਿਆਂ ਦੇ ਟੈਸਟ ਹੋਣਗੇ ਤੇ ਫਿਰ ਹੀ ਕੈਨੇਡਾ ਦੇ ਵਿੱਚ ਐਂਟਰੀ ਦੀ ਆਗਿਆ ਮਿਲੇਗੀ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ